ਸਤਿ ਸ਼੍ਰੀ ਅਕਾਲ। ਗੱਲ ਪੰਜਾਬ ਦੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਕੁਲਦੀਪ ਸਿੰਘ ਸਵਾਗਤ ਕਰਦਾ। ਅੱਜ ਅਸੀਂ ਗੱਲ ਕਰਾਂਗੇ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਪੰਜਾਬ 'ਚ ਮਹਾਂਗਠਜੋੜ ਦੇ ਯਤਨ ਸਫਲ ਜਾਂ ਅਸਫਲ। ਜੀ ਪਲਾਹੀ ਜੀ, ਪ੍ਰੋਗਰਾਮ ਵਿੱਚ ਸਵਾਗਤ ਹੈ ਤੁਹਾਡਾ। ਮਿਹਰਬਾਨੀ ਜੀ, ਬਹੁਤ ਸ਼ੁਕਰੀਆ। ਪਲਾਹੀ ਜੀ, ਗੱਲ ਕਰਦੇ ਹਾਂ ਮਹਾਂਗਠਜੋੜ ਦੀ। ਪੰਜਾਬ 'ਚ ਜਿਹੜਾ ਮਹਾਂਗਠਜੋੜ ਬਣਨ ਜਾ ਰਿਹਾ ਉਹ ਦੇਖਦੇ ਹਾਂ ਅਸਫਲ ਹੁੰਦਾ ਜਾਂ ਅਸਫਲ। ਗੱਲ ਕਰੀਏ ਟਕਸਾਲੀ ਅਕਾਲੀਆਂ ਦੀ, ਪੰਜਾਬੀ ਏਕਤਾ ਪਾਰਟੀ ਦੀ, ਸਿਮਰਜੀਤ ਬੈਂਸ ਦੀ, ਲੋਕ ਇਨਸਾਫ ਪਾਰਟੀ ਤੇ ਬਸਪਾ ਦੇ ਨੇਤਾਵਾਂ ਦੀ। ਜੀ ਗੱਲ ਕਰਦੇ ਹਾਂ ਟਕਸਾਲੀ ਅਕਾਲੀ, ਪੰਜਾਬੀ ਏਕਤਾ ਪਾਰਟੀ, ਸਿਮਰਜੀਤ ਬੈਂਸ ਦੀ, ਲੋਕ ਇਨਸਾਫ ਪਾਰਟੀ ਤੇ ਬਸਪਾ ਦੇ ਨੇਤਾਵਾਂ ਦੀ ਮੀਟਿੰਗ 'ਚ ਗਠਜੋੜ ਜੋੜ ਦੀ ਗੱਲ ਹੋਈ, ਪਰ ਆਮ ਨੇਤਾ ਭਗਵੰਤ ਮਾਨ ਨੇ ਇਸ ਗਠਜੋੜ 'ਚ ਸ਼ਾਮਿਲ ਹੋਣ ਦੀ ਅਸਮਰਥਾ ਜਤਾਈ ਹੈ। ਕੀ ਵਿਚਾਰ ਹੈ ਇਸ ਬਾਰੇ ਤੁਹਾਡਾ? ਗੱਲ ਇਹ ਆ ਵੀ ਜਿਹੜੇ ਗਠਜੋੜ ਦੇ ਵਿੱਚ ਮਹਾਂਗਠਜੋੜ ਬਣਾਉਣ ਦੀ ਗੱਲ ਕਰ ਰਹੇ ਨੇ ਲੋਕ, ਇਹ ਨੇਤਾ ਲੋਕ, ਇਹਨਾਂ ਦੀਆਂ ਆਪੋ ਆਪਣੀਆਂ ਸੀਮਾਵਾਂ ਨੇ, ਆਪੋ ਆਪਣਾ ਇਹਨਾਂ ਦਾ ਢੰਗ ਤਰੀਕਾ ਹੈ, ਆਪੋ ਆਪਣਾ ਇਹਨਾਂ ਦਾ ਸਵਾਰਥ ਹੈ। ਦੇਖੋ ਕੱਲ੍ਹ 3-4 ਪਾਰਟੀਆਂ ਇਕੱਠੀਆਂ ਹੋਈਆਂ, ਬੈਂਸਾਂ ਦੀ ਲੋਕ ਭਲਾਈ ਲੋਕ ਵਾਲੀ ਪਾਰਟੀ ਜਿਹੜੀ ਹੈ, ਉਸ ਤੋਂ ਬਾਅਦ ਖਹਿਰਾ ਸਾਹਿਬ ਦੀ ਪਾਰਟੀ ਹੈ ਪੰਜਾਬ ਪਾਰਟੀ, ਉਸ ਤੋਂ ਬਾਅਦ ਤੁਸੀਂ ਦੇਖੋ ਟਕਸਾਲੀ ਅਕਾਲੀ ਆਏ ਨੇ ਜੀ, ਤੇ ਨਾਲ ਨਾਲ ਹੈਰਾਨੀ ਵਾਲੀ ਗੱਲ ਇਹ ਵੀ ਕਿ ਬਸਪਾ ਨੇ ਵੀ ਇਸ ਗਠਜੋੜ ਵਿੱਚ ਸ਼ਾਮਿਲ ਹੋਣ ਨੂੰ ਤਰਜੀਹ ਦਿੱਤੀ ਹੈ। ਬਿਲਕੁਲ, ਜਿਹੜੀ ਕਿ ਲੰਮੇ ਸਮੇਂ ਤੋਂ ਲਗਾਤਾਰ ਪਿਛਲੀਆਂ ਬਹੁਤ ਸਾਰੀਆਂ ਚੋਣਾਂ ਦੇ ਵਿੱਚ ਇਕੱਲਿਆਂ ਪੂਰੀਆਂ ਦੀਆਂ ਪੂਰੀਆਂ ਸੀਟਾਂ ਲੜਕੇ ਆਪਣੀ ਜ਼ਮਾਨਤਾਂ ਜ਼ਬਤ ਕਰਾਉਂਦੀ ਰਹੀ ਜੀ, ਬਾਵਜੂਦ ਇਸ ਗੱਲ ਦੇ ਕਿ ਉਹਨਾਂ ਦੇ ਕੋਲ ਪੂਰੇ ਪੰਜਾਬ ਦੇ ਵਿੱਚ ਲਗਭਗ 3-4-5% ਤੱਕ ਵੋਟਾਂ ਹੈਗੀਆਂ ਨੇ, ਪਰ ਉਹਨਾਂ ਵੋਟਾਂ ਨੂੰ ਹੁਣ ਤੱਕ ਉਹ ਇਸ ਕਰਕੇ ਵੀ ਆਪਣੇ ਪੱਲੇ ਵਿੱਚ ਬੰਨ ਕੇ ਨਹੀਂ ਰੱਖ ਸਕੀ ਕਿ ਉਹਨਾਂ ਨੇ ਨਾ ਕਿਸੇ ਪਾਰਟੀ ਦੇ ਨਾਲ ਗਠਜੋੜ ਕੀਤਾ ਤੇ ਨਾ ਹੀ ਪਿਛਲੇ 15-20 ਸਾਲਾਂ ਦੇ ਵਿੱਚ ਵਿਧਾਨ ਸਭਾ ਵਿੱਚ ਕੋਈ ਸੀਟ ਉਹ ਲੈ ਸਕੇ। ਭਾਵੇਂ ਕੁਝ ਸਮਾਂ ਇਹੋ ਜਿਹਾ ਸੀ ਜਿਸ ਵੇਲੇ ਉਹਨਾਂ ਨੇ ਗਠਜੋੜ ਕੀਤਾ ਸੀ ਔਰ ਬਹੁਤ ਸਾਰੀਆਂ ਸੀਟਾਂ, ਲਗਭਗ 9-10 ਸੀਟਾਂ ਜਿਹੜੀਆਂ ਨੇ ਬਸਪਾ ਨੇ ਪ੍ਰਾਪਤ ਕੀਤੀਆਂ ਸਨ। ਬਿਲਕੁਲ, ਹੁਣ ਹੈਰਾਨੀ ਵਾਲੀ ਗੱਲ ਇਹ ਆ ਕਿ ਜਿਵੇਂ ਵੱਖੋ ਵੱਖਰੇ ਸੂਬਿਆਂ ਦੇ ਵਿੱਚ ਗਠਜੋੜ ਹੋ ਰਹੇ ਨੇ, ਬਸਪਾ ਨੇ ਸਪਾ ਦੇ ਨਾਲ ਗਠਜੋੜ ਕੀਤਾ ਹੈ, ਉਹਨਾਂ ਦੇ ਮਨ ਵਿੱਚ ਮਾਇਆਵਤੀ ਦੇ ਜਾਂ ਉਹਦੇ ਜਿਹੜੇ ਵਰਕਰ ਨੇ ਜਾਂ ਉਹਨਾਂ ਦੇ ਨੇਤਾ ਨੇ ਉਹਨਾਂ ਦੇ ਵਿੱਚ ਇੱਕੋ ਗੱਲ ਹੈ ਕਿ ਕਿਸੇ ਨਾ ਕਿਸੇ ਢੰਗ ਦੇ ਨਾਲ ਕੁਝ ਇੱਕ ਸੀਟਾਂ ਇਹੋ ਜਿਹੀਆਂ ਜਿੱਤ ਲਈਆਂ ਜਾਣ, ਜਿਵੇਂ ਯੂਪੀ ਦੇ ਵਿੱਚ ਕੁਝ ਸੀਟਾਂ ਵੱਧ ਜਿੱਤ ਲਈਆਂ ਜਾਣ ਤੇ ਮੁੜ ਕੇ ਫੇਰ ਇਹ ਗੱਲ ਆਖੀ ਜਾਏ ਕਿ ਭੈਣ ਮਾਇਆਵਤੀ ਨੂੰ ਪ੍ਰਧਾਨ ਮੰਤਰੀ ਬਣਾ ਲਿਆ ਜਾਏ। ਇਹ ਗੱਲ ਹੈ ਜਿਹੜੀ ਇਸ ਵੇਲੇ ਬਸਪਾ ਦੇ ਪ੍ਰਤੀਨਿਧ ਨੇ ਇਸ ਮਹਾਂਗਠਜੋੜ ਵਾਲੀ ਮੀਟਿੰਗ ਦੇ ਵਿੱਚ ਕੀਤੀ ਤੇ ਉੱਥੇ ਖਹਿਰਾ ਸਾਹਿਬ ਨੇ ਬਹੁਤ ਸਪਸ਼ਟ ਸ਼ਬਦਾਂ ਦੇ ਵਿੱਚ ਇਹ ਗੱਲ ਕਰਤੀ ਵੀ ਪਹਿਲਾਂ ਆਪਾਂ ਜਿੱਤਣ ਜਿਤਾਉਣ ਦੀ ਗੱਲ ਕਰ ਲਈਏ, ਪ੍ਰਧਾਨ ਮੰਤਰੀ ਬਣ ਬਣਾਉਣ ਦੀ ਗੱਲ ਜਿਹੜੀ ਆ ਬਾਅਦ ਵਿੱਚ ਕਰਾਂਗੇ। ਜਿਸ ਵੇਲੇ 5-6 ਸੀਟਾਂ ਦੇ ਉੱਤੇ ਵੱਖੋ ਵੱਖਰੇ ਉਮੀਦਵਾਰ ਖੜੇ ਕਰਨ ਦੀ ਗੱਲ ਵੀ ਇਸ ਮੀਟਿੰਗ ਦੇ ਵਿੱਚ ਵਿਚਾਰੀ ਗਈ, ਮੀਟਿੰਗ ਵਿੱਚ 5 ਪਾਰਟੀਆਂ ਨੇ ਹਿੱਸਾ ਲਿਆ, ਇਕੱਲੀ ਇਕੱਲੀ ਸੀਟ ਦੇ ਉੱਤੇ ਇਹ ਫੈਸਲਾ ਲੈਣ ਦਾ ਯਤਨ ਹੋਇਆ ਵੀ ਬਠਿੰਡਾ ਤੋਂ ਸੁਖਪਾਲ ਖਹਿਰਾ ਨੂੰ ਲੜਾ ਦਿਓ, ਬੈਂਸ ਭਰਾਵਾਂ ਨੂੰ ਇੱਕ ਸੀਟ ਜਿਹੜੀ ਆ ਲੁਧਿਆਣੇ ਦੀ ਦੇ ਦਿਓ ਕਿਉਂਕਿ ਉਹਨਾਂ ਦਾ ਉੱਥੇ ਆਧਾਰ ਹੈ, ਤੇ ਇਸੇ ਢੰਗ ਦੇ ਨਾਲ ਬਸਪਾ ਨੂੰ ਕੋਈ ਸੀਟ ਦਿੱਤੀ ਜਾਵੇ। ਪਰ ਇਹ ਸਾਰਾ ਕੁਝ ਉਸ ਵੇਲੇ ਬਿਲਕੁਲ ਫਲੋਪ ਜਿਹਾ ਹੋ ਗਿਆ ਜਿਸ ਵੇਲੇ ਬ੍ਰਹਮਪੁਰਾ ਜਿਹੜੇ ਕਿ ਰਣਜੀਤ ਸਿੰਘ ਬ੍ਰਹਮਪੁਰਾ ਅਕਾਲੀ ਟਕਸਾਲੀ ਅਕਾਲੀ ਦਲ ਦੇ ਨੇਤਾ ਨੇ, ਉਹਨਾਂ ਨੇ ਆਪਣੇ ਬੈਠਿਆਂ ਬੈਠਿਆਂ ਆਮ ਆਦਮੀ ਪਾਰਟੀ ਦੇ ਮਾਨ ਸਾਹਿਬ ਨੂੰ ਫੋਨ ਲਗਾ ਦਿੱਤਾ। ਉਹਨਾਂ ਨੇ ਪੁੱਛਿਆ ਵੀ ਭਾਈ ਅਸੀਂ ਇੱਥੇ ਮਹਾਂਗਠਜੋੜ ਬਣਾਉਣ ਲੱਗੇ ਹਾਂ, ਤੁਹਾਨੂੰ ਪਹਿਲਾਂ ਵੀ ਸੱਦਾ ਅਸੀਂ ਦਿੱਤਾ ਸੀ, ਤੁਸੀਂ ਇਸ ਮੀਟਿੰਗ ਵਿੱਚ ਆਓਗੇ ਕਿ ਨਹੀਂ ਆਓਗੇ ਜਾਂ ਤੁਹਾਡੀ ਇਸ ਗੱਲ ਦੀ ਸਹਿਮਤੀ ਹੈ ਕਿ ਨਹੀਂ ਹੈ ਜੀ। ਤਾਂ ਉਹਨਾਂ ਨੇ ਬੜੇ ਸਾਫ ਸ਼ਬਦਾਂ ਵਿੱਚ ਇਹ ਗੱਲ ਕਿਨਾਰਾ ਕਰਕੇ ਕਰ ਦਿੱਤੀ ਵੀ ਜਿੱਥੇ ਖਹਿਰਾ ਬੈਠਾ ਹੈ ਅਸੀਂ ਉਸ ਮੀਟਿੰਗ ਦੇ ਵਿੱਚ ਆਉਣ ਨੂੰ ਵੀ ਤਿਆਰ ਨੇ ਤੇ ਉਸ ਗਠਜੋੜ ਦੇ ਵਿੱਚ ਆਉਣ ਨੂੰ ਵੀ ਤਿਆਰ ਨੇ। ਇਹਦਾ ਮਤਲਬ ਤਾਂ ਸਾਫ ਸੁਥਰਾ ਇਹ ਨਿਕਲ ਗਿਆ ਕਿ ਮਹਾਂਗਠਜੋੜ ਜਿਹੜਾ ਪੰਜਾਬ ਵਿੱਚ ਜਿਸ ਨੂੰ ਬਣਾਉਣ ਦੀਆਂ ਗੱਲਾਂ ਜਿਹੜੀਆਂ ਹੋ ਰਹੀਆਂ ਨੇ
ਉਸ ਨੂੰ ਬਹੁਤ ਵੱਡਾ ਧੱਕਾ ਲੱਗਾ। ਦੇਖੋ ਇਸ ਪਾਰਟੀ ਦੇ ਵਿੱਚ ਇੱਕ ਗੱਲ ਹੋਰ ਵੀ ਇਸ ਮਹਾਂਗਠਜੋੜ ਵਾਲੀ ਮੀਟਿੰਗ ਦੇ ਵਿੱਚ ਗੱਲ ਹੋਈ, ਸੁੱਚਾ ਸਿੰਘ ਛੋਟੇਪੁਰ ਨੇ ਵੀ ਜਿਹਨਾਂ ਦਾ ਆਪਣਾ ਪੰਜਾਬ ਪਾਰਟੀ ਹੈ, ਧਰਮਵੀਰ ਗਾਂਧੀ ਜਿਹਨਾਂ ਦਾ ਆਪਣਾ ਵੱਖਰਾ ਕਿਸਮ ਦਾ ਆਧਾਰ ਹੈ, ਹਰਿੰਦਰ ਸਿੰਘ ਖਾਲਸਾ ਜਿਹੜੇ ਕਿ ਐਮ ਪੀ ਨੇ ਆਮ ਆਦਮੀ ਪਾਰਟੀ ਦੇ, ਪਰ ਆਮ ਆਦਮੀ ਪਾਰਟੀ ਤੋਂ ਵੱਖਰੇ ਹੋ ਕੇ ਆਪਣੀ ਖਿਚੜੀ ਵੱਖਰੀ ਵੱਖਰੀ ਪਕਾ ਰਹੇ ਆ। ਇਹਨਾਂ ਸਾਰਿਆਂ ਦਾ, ਤਿੰਨਾਂ ਚੋਂ ਵਿਅਕਤੀਆਂ ਦਾ, ਲੀਡਰਾਂ ਦਾ ਆਪਣੀ ਪਾਰਟੀ ਦੇ ਨੁਮਾਇੰਦਿਆਂ ਵਜੋਂ ਨਾ ਆਉਣਾ, ਮਤਲਬ ਆਪਣੇ ਆਪ ਦੇ ਵਿੱਚ ਇਹ ਗੱਲ ਤਾਂ ਬੜੀ ਸਪਸ਼ਟ ਕਰ ਗਿਆ ਕਿ ਮਹਾਂਗਠਜੋੜ ਵਰਗੀ ਕੋਈ ਗੱਲ ਨਹੀਂ ਹੋਣੀ। ਇਹਦੇ ਵਿੱਚ ਇੱਕ ਗੱਲ ਪੱਧਰੀ ਜਿਹੜੀ ਹੋ ਗਈ, ਔਰ ਇਸ ਮਾਮਲੇ ਦੇ ਉੱਤੇ ਕੇਜਰੀਵਾਲ ਜਿਸ ਵੇਲੇ ਬਰਨਾਲਾ ਰੈਲੀ ਦੇ ਵਿੱਚ ਬੋਲੇ ਤੇ ਉਹਨਾਂ ਨੇ ਸਾਫ਼ ਹੀ ਗੱਲ ਕਰ ਦਿੱਤੀ ਭਈ ਭਾਈ ਸਾਡਾ ਜਿਹੜਾ ਮੁਕਾਬਲਾ ਹੈ ਕਾਂਗਰਸ ਦੇ ਨਾਲ ਹੋਣਾ ਹੈ ਜਾਂ ਦੂਜੇ ਅਕਾਲੀ ਭਾਜਪਾ ਦਾ ਜਿਹੜਾ ਗੱਠਜੋੜ ਹੈ ਉਹਨਾਂ ਦੇ ਨਾਲ ਹੋਣਾ ਹੈ, ਤੇ ਅਸੀਂ ਤੀਜੀ ਧਿਰ ਵਜੋਂ ਪੰਜਾਬ ਦੀਆਂ 13 ਸੀਟਾਂ ਦੇ ਉੱਤੇ ਹੀ ਚੋਣ ਲੜਨੀ ਹੈ। ਤੋ ਇਹਦਾ ਮਤਲਬ ਤਾਂ ਸਾਫ਼ ਇਹ ਹੈ ਕਿ ਇੱਕ ਚੌਥਾ ਗਠਬੰਧਨ ਜਿਹੜਾ ਹੈ ਪਾਰਟੀਆਂ ਦਾ ਉਹ ਬਣੇਗਾ, ਤੇ ਇਹ ਵੀ ਹੋ ਸਕਦਾ ਵੀ ਪੰਜਵਾਂ ਗਠਬੰਧਨ ਵੀ ਇੱਕ ਗੱਲ ਦਾ ਹੋ ਜਾਏ, ਕਿਉਂਕਿ ਖੱਬੇ ਪੱਖੀ ਪਾਰਟੀਆਂ ਜਿਹੜੀਆਂ ਨੇ, ਖੱਬੇ ਪੱਖੀ ਜਿਹੜੀਆਂ ਧਿਰਾਂ ਨੇ, ਉਹਨਾਂ ਨੇ ਕਿਸੇ ਵੀ ਪਾਰਟੀ ਦੇ ਨਾਲ ਹਾਲੇ ਸ਼ਮੂਲੀਅਤ ਨਹੀਂ ਕੀਤੀ ਜਾਂ ਆਪਣਾ ਸਹਿਯੋਗ ਦੇਣ ਦਾ ਕੋਈ ਵੀ ਨਿਰਣਾ ਨਹੀਂ ਕੀਤਾ। ਸੰਭਾਵਨਾ ਇਸ ਗੱਲ ਦੀ ਹੋ ਸਕਦੀ ਹੈ ਕਿ ਪਿਛਲੇ ਵਾਂਗਰ ਵਿਧਾਨ ਸਭਾ ਦੀਆਂ ਚੋਣਾਂ ਵਾਂਗਰ ਉਹ ਕਾਂਗਰਸ ਗਠਜੋੜ ਨੂੰ, ਕਾਂਗਰਸ ਪਾਰਟੀ ਨੂੰ ਆਪਣਾ ਸਹਿਯੋਗ ਦੇ ਦੇਣ, ਤੇ ਕੁਝ ਇੱਕ ਦੋ ਸੀਟਾਂ ਜਿਹੜੀਆਂ ਨੇ ਕਮਿਊਨਿਸਟ ਪਾਰਟੀ ਨੂੰ ਸੱਜੀ ਜਾਂ ਖੱਬੀ ਜਿਹੜੀ ਵੀ ਅੱਗੇ ਸਾਹਮਣੇ ਆਉਂਦੀ ਹੈ ਉਸ ਦੇ ਨਾਲ ਕਾਂਗਰਸ ਵਾਲੇ ਕਰ ਲੈਣਗੇ, ਕਿਉਂਕਿ ਕਾਂਗਰਸ ਨੇ ਬੜੇ ਸਾਫ਼ ਸ਼ਬਦਾਂ ਵਿੱਚ ਪਿਛਲੇ ਦਿਨਾਂ ਦੇ ਵਿੱਚ ਕਹਿ ਦਿੱਤਾ ਕਿ ਉਹ ਆਮ ਆਦਮੀ ਪਾਰਟੀ ਦੇ ਨਾਲ ਨਹੀਂ ਆਉਣਗੇ। ਸੋ 3 ਦੇ ਥਾਂ ਤੇ 4 ਗੱਠਜੋੜ ਜਿਹੜੇ ਨੇ ਪੰਜਾਬ ਦੀਆਂ ਚੋਣਾਂ ਦੇ ਵਿੱਚ ਹਿੱਸਾ ਲੈਣਗੇ, ਤੇ ਪੰਜਵਾਂ ਗੱਠਜੋੜ ਹੋਣ ਦੀ ਗੱਲ ਵੀ ਦੀ ਸੰਭਾਵਨਾ ਵੀ ਬਣਦੀ ਜਾਂਦੀ ਹੈ। ਸੋ ਜਿਹੜਾ ਮਹਾਂਗਠਜੋੜ ਬਣਨ ਦੀਆਂ ਗੱਲਾਂ ਪੰਜਾਬ ਦੇ ਵਿੱਚ ਕੀਤੀਆਂ ਜਾ ਰਹੀਆਂ ਨੇ ਉਹਨਾਂ ਨੂੰ ਬਹੁਤ ਵੱਡਾ ਧੱਕਾ ਉਸ ਵੇਲੇ ਲੱਗਿਆ ਹੈ ਜਦੋਂ ਆਮ ਆਦਮੀ ਪਾਰਟੀ ਨੇ ਉਸ ਵਿੱਚ ਸ਼ਾਮਲ ਨਾ ਹੋਣ ਦਾ ਫੈਸਲਾ ਕਰ ਲਿਆ। ਹਾਲਾਂਕਿ 23 ਪਾਰਟੀਆਂ ਜਿਹੜੀਆਂ ਨੇ ਕਲਕੱਤੇ ਵਿੱਚ ਇਕੱਠੀਆਂ ਹੋਈਆਂ, ਉਸ ਮਹਾਂਗਠਜੋੜ ਦੇ ਵਿੱਚ ਵੱਖੋ ਵੱਖਰੀਆਂ ਉਹ ਪਾਰਟੀਆਂ ਵੀ ਸ਼ਾਮਲ ਹੋਈਆਂ ਜਿਹਨਾਂ ਨੇ ਸੂਬਾ ਪੱਧਰ ਤੇ ਆਪਸੀ ਗੱਠਜੋੜ ਕਰ ਲਿਆ ਬਸਪਾ ਤੇ ਸਪਾ ਵਾਲਿਆਂ ਨੇ, ਤੇ ਉਹਨਾਂ ਨੇ ਇਹ ਗੱਲ ਮੰਨ ਲਈ ਕਿ ਅਸੀਂ ਭਾਵੇਂ ਆਪਣੇ ਸੂਬਿਆਂ ਦੇ ਵਿੱਚ ਵੱਖਰੇ ਵੱਖਰੇ ਤੌਰ ਤੇ ਅਲਾਇੰਸ ਕਰ ਲਈਏ ਪਰ ਅਸੀਂ ਮੋਦੀ ਦੇ ਖਿਲਾਫ ਇਕੱਠੇ ਹੋ ਕੇ ਲੜਨਾ ਹੈ, ਕਿਉਂਕਿ ਮੋਦੀ ਨੇ ਪੂਰੇ ਹਿੰਦੁਸਤਾਨ ਨੂੰ ਬਰਬਾਦੀ ਦੇ ਕੰਢੇ ਤੇ ਲੈ ਆਉਂਦਾ, ਬਹੁਤ ਸਾਰਾ ਨੁਕਸਾਨ ਜਿਹੜਾ ਹੈ ਕੀਤਾ ਹੈ, ਇਸ ਢੰਗ ਦਾ ਨੁਕਸਾਨ ਕੀਤਾ ਹੈ ਕਿ ਗਰੀਬ ਆਦਮੀ ਦੀ ਉਸਨੇ ਬਾਂਹ ਨਹੀਂ ਫੜੀ, ਉਸਦੇ ਲਈ ਨਾਅਰੇ ਹਿਲਾਏ ਨੇ, ਔਰ ਜਿਸ ਢੰਗ ਦੇ ਨਾਲ ਹਿੰਦੁਸਤਾਨ ਦੀ ਅਰਥ ਵਿਵਸਥਾ ਨੂੰ ਪੂਰਾ ਲਾਇਆ ਹੈ ਔਰ ਨਾਲ ਦੀ ਨਾਲ ਹਿੰਦੁਸਤਾਨੀਆਂ ਦੇ ਉੱਤੇ ਵੱਡੀ ਪੱਧਰ ਤੇ ਕਰਜ਼ਾ ਜਿਹੜਾ ਹੈ ਚਾੜ ਦਿੱਤਾ ਹੈ। ਮੈਂ ਪਿਛਲੇ ਦਿਨਾਂ ਵੀ ਵਿੱਚ ਵੀ ਗੱਲ ਕੀਤੀ ਸੀ ਵੀ ਹਰ ਭਾਰਤੀ ਦੇ ਉੱਤੇ ਇਸ ਵੇਲੇ 61,000 ਰੁਪਏ ਦਾ ਕਰਜ਼ਾ ਜਿਹੜਾ ਹੈ ਮੋਦੀ ਦੇ ਸ਼ਾਸਨ ਕਾਲ ਦੇ ਦੌਰਾਨ ਚੜਿਆ ਹੈ ਔਰ ਉਸਦੇ ਵਿੱਚ ਵਾਧਾ ਹੋਇਆ ਹੈ, ਕਿਉਂਕਿ ਮੋਦੀ ਨੇ ਵੱਖੋ ਵੱਖਰੀਆਂ ਸਕੀਮਾਂ ਲਾਗੂ ਕੀਤੀਆਂ, ਉਹਨਾਂ ਸਕੀਮਾਂ ਨੂੰ ਬਿਨਾਂ ਵਜ੍ਹਾ ਤੋਂ ਬਹੁਤ ਸਾਰੇ ਪੈਸੇ ਖਰਾਬ ਕਰ ਦਿੱਤੇ। ਦੇਖੋ ਪਿਛਲੇ ਦਿਨਾਂ ਦੇ ਵਿੱਚ ਉਸਨੇ 3,000 ਕਰੋੜ ਰੁਪਏ ਦੀ ਇੱਕ ਮੂਰਤੀ ਜਿਹੜੀ ਹੈ ਪਟੇਲ ਸਾਹਿਬ ਦੀ ਉਹ ਇੰਸਟਾਲ ਕਰ ਦਿੱਤੀ, ਇਹ ਗੱਲ ਆਖ ਕੇ ਕਿ ਦੁਨੀਆਂ ਭਰ ਦੇ ਵਿੱਚ ਸਭ ਤੋਂ ਵੱਡੀ ਮੂਰਤੀ ਹੋਏਗੀ। ਤੋ ਇਹ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦਿਆਂ ਸਾਰੀਆਂ ਪਾਰਟੀਆਂ ਨੇ ਜੋ ਗੱਠਜੋੜ ਮਹਾਂਗਠਜੋੜ ਬਣਾਉਣ ਦਾ ਨਿਰਣਾ ਕੀਤਾ ਹੈ ਉਸ ਦੇ ਹਿਸਾਬ ਦੇ ਨਾਲ ਹੀ ਪੰਜਾਬ ਦੇ ਵਿੱਚ ਵੀ ਗੱਠਜੋੜ ਦੀ ਗੱਲ ਜਿਹੜੀ ਹੈ ਪਿਛਲੇ ਦਿਨਾਂ ਵਿੱਚ ਤੁਰੀ ਹੈ, ਪਰ ਆਮ ਆਦਮੀ ਪਾਰਟੀ ਨੇ ਉਸ ਦੇ ਵਿੱਚ ਸਾਥ ਨਾ ਦੇਣ ਦਾ ਫੈਸਲਾ ਕਰ ਲਿਆ। ਔਰ ਜਿਹੜੀਆਂ ਦੂਸਰੀਆਂ ਪਾਰਟੀਆਂ ਵੀ ਨੇ ਜਿਵੇਂ ਤੁਸੀਂ ਦੇਖੋ ਧਰਮਵੀਰ ਗਾਂਧੀ ਹੈ, ਉਸਨੇ ਵੀ ਆਪਣੀ ਐਮ ਪੀ ਦੀ ਚੋਣ ਲੜਨੀ ਹੋਏਗੀ। ਸੁੱਚਾ ਸਿੰਘ ਛੋਟੇਪੁਰ ਹੈ, ਉਸਨੇ ਤਾਂ ਇੱਕੋ ਗੱਲ ਕਹਿਤੀ ਵੀ ਭਾਈ ਐਮ ਪੀ ਦੀਆਂ ਇਲੈਕਸ਼ਨਾਂ ਤੁਸੀਂ ਛੱਡੋ, ਅੱਗੋਂ ਵਿਧਾਨ ਸਭਾ ਦੀਆਂ ਸੀਟਾਂ ਲਈ ਆਪਸ ਵਿੱਚ ਤਾਲਮੇਲ ਕਰੋ, ਕਿਉਂਕਿ ਉਸ ਨੂੰ ਇਸ ਗੱਲ ਦੀ ਸੰਭਾਵਨਾ ਜਾਪਦੀ ਹੈ ਕਿ ਗੱਠਜੋੜ ਵੱਲੋਂ ਪੰਜਾਬ ਵਿੱਚ ਜਿਹੜਾ ਬਣ ਰਿਹਾ ਔਰ ਵੱਖੋ ਵੱਖਰੇ ਲੀਡਰ ਜਿਹੜੇ ਨੇ ਆਪੋ ਆਪਣੀਆਂ ਪਾਰਟੀਆਂ ਆਪੋ ਆਪਣੇ ਢੰਗ ਨਾਲ ਬਣਾ ਕੇ ਆਪੋ ਆਪਣੀ ਥੋੜ੍ਹੀ ਬਹੁਤੀ ਸੀਟ ਸੁਰੱਖਿਅਤ ਕਰਨੀ ਚਾਹੁੰਦੇ ਨੇ, ਉਸ ਦੇ ਨਾਲ ਅਸਲ ਮਾਇਨਿਆਂ ਦੇ ਵਿੱਚ ਕਾਂਗਰਸ ਅਕਾਲੀ ਭਾਜਪਾ ਗੱਠਜੋੜ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਣਾ।
ਸੋ ਬੜੇ ਸਿਆਣਪ ਦੇ ਨਾਲ ਕੁਝ ਇੱਕ ਲੀਡਰ ਚੱਲ ਰਹੇ ਨੇ, ਪਰ ਕੁਝ ਇੱਕ ਲੀਡਰ ਸਿਰਫ ਆਪਣੀ ਸਵਾਰਥ ਦੀ ਖਾਤਰ ਇਸ ਮਹਾਗਠਜੋੜ ਵਿੱਚ ਸ਼ਾਮਿਲ ਹੋਣ ਜਾ ਰਹੇ ਨੇ। ਇਹ ਗੱਲ ਇੱਥੇ ਮੈਂ ਕਰਨੀ ਚਾਹਾਂਗਾ ਕਿ ਫੂਲਕਾ ਨੇ ਪਿਛਲੇ ਦਿਨਾਂ ਵਿੱਚ ਇੱਕ ਮੰਚ ਬਣਾ ਦਿੱਤਾ, ਉਸ ਮੰਚ ਦੇ ਵਿੱਚ ਉਹਨੇ ਕਹਿ ਦਿੱਤਾ ਵੀ ਮੈਂ ਤਾਂ ਕਿਸੇ ਪੋਲੀਟੀਕਲ ਪਾਰਟੀ ਦੇ ਨਾਲ ਨਹੀਂ ਜੁੜਨਾ, ਮੈਂ ਤੇ ਸਿਰਫ ਧਾਰਮਿਕ ਕੰਮਕਾਰ ਜਿਹੜੇ ਨੇ ਕਰਨੇ। ਜੀ ਗੱਲ ਕਰੀਏ ਕਿ ਜਿਹੜੀ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹਾਂ, ਉਹਨੇ ਕੀ ਸਪਸ਼ਟ ਤੌਰ ਤੇ ਗਠਜੋੜ 'ਚ ਸ਼ਾਮਿਲ ਨਾ ਹੋਣ ਦਾ ਫੈਸਲਾ ਲਿਆ? ਬਿਲਕੁਲ, ਜਿਵੇਂ ਕਿ ਮੈਂ ਬੜੇ ਸਪਸ਼ਟ ਸ਼ਬਦਾਂ ਦੇ ਵਿੱਚ ਆਪਣੀ ਵਾਰਤਾ ਦੇ ਵਿੱਚ ਇਹ ਗੱਲ ਕਰ ਰਿਹਾ ਹਾਂ ਕਿ ਆਮ ਆਦਮੀ ਪਾਰਟੀ ਦੇ ਜਿਹੜਾ ਕਨਵੀਨਰ ਹੈ, ਪ੍ਰਧਾਨ ਹੈ ਮਾਨ ਸਾਹਿਬ, ਉਸ ਨੂੰ ਕਿਹਾ ਕਿ ਭਾਈ ਆ ਜਾਓ ਸਾਡੇ ਗਠਜੋੜ ਦੇ ਵਿੱਚ ਸ਼ਾਮਿਲ ਹੋਵੋ, ਪਰ ਉਸ ਨੇ ਆਪਣੀ ਪਾਰਟੀ ਦੀ ਉੱਪਰਲੀ ਜਿਹੜੀ ਲਾਈਨ ਹੈ ਉਹ ਹੀ ਟੋ ਕੀਤੀ ਹੈ ਕਿ ਅਸੀਂ ਆਪਣੇ ਤੌਰ ਤੇ ਕੋਈ ਵੀ ਫੈਸਲਾ ਨਹੀਂ ਲੈਣਾ, ਸਾਡਾ ਹਾਈਕਮਾਂਡ ਜੋ ਫੈਸਲਾ ਕਰੇਗਾ ਅਸੀਂ ਉਸ ਨੂੰ ਹੀ ਲਾਗੂ ਕਰਾਂਗੇ। ਤੇ ਉਹ ਫੈਸਲਾ ਉਹਨਾਂ ਨੇ ਇਹ ਕਰ ਦਿੱਤਾ ਕਿ ਬਰਨਾਲਾ ਰੈਲੀ ਦੇ ਵਿੱਚ ਵੀ ਉਹਨਾਂ ਨੇ ਕਹਿ ਦਿੱਤਾ ਵੀ ਅਸੀਂ 13 ਦੀਆਂ 13 ਸੀਟਾਂ ਜਿਹੜੀਆਂ ਨੇ ਪੰਜਾਬ ਦੀਆਂ ਲੜਾਂਗੇ, ਔਰ ਚੰਡੀਗੜ੍ਹ ਵਾਲੀ ਸੀਟ ਵੀ ਆਮ ਆਦਮੀ ਪਾਰਟੀ ਆਪਣੇ ਤੌਰ ਤੇ ਲੜੇਗੀ ਔਰ ਕਿਸੇ ਗਠਜੋੜ ਦੇ ਵਿੱਚ ਸ਼ਾਮਿਲ ਨਹੀਂ ਹੋਏਗੀ। ਬਿਲਕੁਲ ਉਸੇ ਤਰ੍ਹਾਂ ਜਿਵੇਂ ਬਸਪਾ ਵਾਲੇ ਬੜੇ ਲੰਮੇ ਸਮੇਂ ਤੋਂ ਇਕੱਲਿਆਂ ਹੀ ਚੋਣਾਂ ਲੜਦੇ ਨੇ, ਉਹਨਾਂ ਚੋਣਾਂ ਦੇ ਵਿੱਚ ਉਹ ਕਿਸੇ ਨੂੰ ਭਾਈਵਾਲ ਨਹੀਂ ਬਣਾਉਂਦੇ, ਉਹ ਇਹ ਮਹਿਸੂਸ ਕਰਦੇ ਨੇ ਕਿ ਸਾਡਾ ਕਾਡਰ ਇਸ ਦੇ ਨਾਲ ਜਿਉਂਦਾ ਰਹੇਗਾ। ਪਰ ਦੇਖੋ ਜਿਸ ਵੇਲੇ ਬੰਦਾ ਸਿਆਸਤ ਦੇ ਵਿੱਚ ਹੁੰਦਾ ਹੈ ਉਹ ਸਿਆਸਤ ਦੇ ਵਿੱਚ ਉਸਦਾ ਪਹਿਲਾ ਜਿਹੜਾ ਨਿਸ਼ਾਨਾ ਹੁੰਦਾ ਹੈ ਉਹ ਕੁਰਸੀ ਨੂੰ ਸਾਧਨਾ ਹੁੰਦਾ ਹੈ, ਤੋ ਜਿਸ ਵੇਲੇ ਉਹ ਕੁਰਸੀ ਨੂੰ ਸਾਧਨ ਦੀ ਗੱਲ ਆਉਂਦੀ ਹੈ ਤੇ ਆਪੋ ਆਪਣੇ ਨੁਮਾਇੰਦਿਆਂ ਨੂੰ ਉਹ ਕਿਸੇ ਵੀ ਚੋਣ ਦੇ ਵਿੱਚ ਖੜਿਆ ਕਰਦਾ ਤੇ ਉਸ ਚੋਣ ਦੇ ਵਿੱਚ ਉਹ ਆਪਣੀ ਤਾਕਤ ਅਜ਼ਮਾਈ ਕਰਦਾ, ਤਾਕਤ ਅਜ਼ਮਾਈ ਕਰਨ ਦੇ ਨਾਲ ਨਾਲ ਉਹ ਆਪਣੀ ਸੀਟ ਨੂੰ ਜਿੱਤਣ ਦਾ ਯਤਨ ਵੀ ਕਰਦਾ। ਇਹਨਾਂ ਸਾਰਿਆਂ ਮਾਮਲਿਆਂ ਦੇ ਉੱਤੇ ਕਈ ਵਾਰੀ ਲਾਈਕ ਮਾਈਂਡਡ ਲੋਕਾਂ ਦੇ ਨਾਲ, ਲਾਈਕ ਮਾਈਂਡਡ ਪਾਰਟੀਆਂ ਦੇ ਨਾਲ ਉਹ ਆਪਣੇ ਸਮਝੌਤੇ ਵੀ ਕਰਦਾ, ਪਰ ਬਸਪਾ ਨੇ ਪਿਛਲੇ ਦਿਨਾਂ ਵਿੱਚ ਕੋਈ ਸਮਝੌਤੇ ਨਹੀਂ ਕੀਤੇ ਤੇ ਆਮ ਆਦਮੀ ਪਾਰਟੀ ਨੇ ਵੀ ਹੁਣ ਇਹੋ ਲਾਈਨ ਟੋ ਕੀਤੀ ਹੈ ਕਿ ਅਸੀਂ ਵੀ ਕਿਸੇ ਕਿਸਮ ਦਾ ਸਮਝੌਤਾ ਜਿਹੜਾ ਹੈ ਕਿਸੇ ਪਾਰਟੀ ਦੇ ਨਾਲ ਨਹੀਂ ਕਰਨਾ, ਆਪਣੇ ਤੌਰ ਤੇ ਅਸੀਂ ਆਪਣੀ ਚੋਣ ਲੜਨੀ ਹੈ। ਔਰ ਇਹੋ ਹੀ ਗੱਲ ਜਿਹੜੀ ਹੈ ਇਹ ਭਾਜਪਾ ਦੇ ਪੰਜਾਬ ਪ੍ਰਧਾਨ ਮਾਨ ਨੇ ਬੜੇ ਸਪਸ਼ਟ ਸ਼ਬਦਾਂ ਵਿੱਚ ਕੀਤੀ ਹੈ, ਜਿਹੜੇ ਕਿ ਲੋਕ ਸਭਾ ਦੇ ਵਿੱਚ ਮੈਂਬਰ ਪਾਰਲੀਮੈਂਟ ਵੀ ਨੇ ਔਰ ਜਿਨ੍ਹਾਂ ਨੇ ਪਿਛਲੇ ਦਿਨਾਂ ਦੇ ਵਿੱਚ ਬਰਨਾਲਾ ਦੇ ਵਿੱਚ ਹੋਈ ਰੈਲੀ ਦੇ ਵਿੱਚ ਬੜਾ ਜਜ਼ਬਾਤੀ ਭਾਸ਼ਣ ਦਿੰਦਿਆਂ ਆਪਣੀ ਮਾਂ ਨੂੰ ਵੀ ਸਾਹਮਣੇ ਲਿਆ ਕੇ ਇਹ ਗੱਲ ਆਖ ਦਿੱਤੀ ਕਿ ਦੇਖੋ ਮੈਂ ਆਪਣੀ ਮਾਂ ਦੇ ਸਾਹਮਣੇ ਸਹੁੰ ਕਰਨਾ ਵੀ ਮੈਂ ਪੰਜਾਬ ਦੇ ਲੋਕਾਂ ਲਈ ਲੜਾਂਗਾ ਔਰ ਸ਼ਰਾਬ ਜਿਹੜੀ ਆ ਛੱਡ ਦਿਆਂਗਾ। ਬਿਲਕੁਲ ਉਸੇ ਢੰਗ ਦੇ ਨਾਲ ਜਿਵੇਂ ਕਦੇ ਮੋਦੀ ਸਾਹਿਬ ਨੇ ਆਪਣੀ ਮਾਂ ਦੇ ਬਾਰੇ ਗੱਲ ਕਰਦਿਆਂ ਵੀ ਦੇਖੋ ਮੇਰੀ ਮਾਂ ਨੋਟਬੰਦੀ ਦੇ ਦਿਨਾਂ ਦੇ ਵਿੱਚ ਕਿਵੇਂ ਬੈਂਕ ਦੇ ਵਿੱਚ ਗਈ ਔਰ ਬੈਂਕ ਦੇ ਵਿੱਚੋਂ ਪੈਸੇ ਕਢਾ ਕੇ ਲਿਆਈ, ਪਰ ਉਹ ਇਸ ਢੰਗ ਨਾਲ ਉਹ ਇਹ ਗੱਲ ਭੁੱਲ ਗਏ ਸਨ ਕਿ ਮੋਦੀ ਦੀ ਮਾਂ ਪ੍ਰਧਾਨ ਮੰਤਰੀ ਦੀ ਮਾਂ ਹੈ, ਉਸ ਨੂੰ ਬੈਂਕ ਦੇ ਵਿੱਚ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣੀ ਹੈ। ਪਰ ਨੋਟਬੰਦੀ ਦੇ ਦਿਨਾਂ ਵਿੱਚ ਤੁਸੀਂ ਦੇਖੋ ਆਪਣੇ ਤੌਰ ਤੇ ਲੋਕਾਂ ਨੂੰ ਕਿੰਨੀਆਂ ਜਾਨਾਂ ਗੁਆਉਣੀਆਂ ਪਈਆਂ, ਲਗਭਗ 78 ਵਿਅਕਤੀ ਜਿਹੜੇ ਨੇ ਉਹ ਲਾਈਨਾਂ ਦੇ ਵਿੱਚ ਲੱਗੇ ਹਾਰਟ ਅਟੈਕ ਨਾਲ ਜਾਂ ਕਿਸੇ ਵੀ ਢੰਗ ਦੇ ਨਾਲ ਮਾਰੇ ਗਏ ਸਨ, ਬਹੁਤ ਸਾਰੇ ਲੋਕਾਂ ਦੀਆਂ ਨੌਕਰੀਆਂ ਵੀ ਚਲੇ ਗਈਆਂ। ਤੋ ਇਸ ਕਿਸਮ ਦੀਆਂ ਜਿਸ ਵੇਲੇ ਫੈਸਲੇ ਕੀਤੇ ਜਾਂਦੇ ਨੇ ਉਸ ਵੇਲੇ ਜਿਸ ਵੇਲੇ ਜਜ਼ਬਾਤ ਦੇ ਵਿੱਚ ਆ ਕੇ ਫੈਸਲੇ ਕੀਤੇ ਜਾਂਦੇ ਨੇ ਉਹ ਸਹੀ ਮਾਇਨਿਆਂ ਦੇ ਵਿੱਚ ਬਹੁਤੇ ਸਮਿਆਂ ਦੇ ਵਿੱਚ ਚੰਗੇ ਨਹੀਂ ਰਹਿੰਦੇ। ਤੋ ਆਮ ਆਦਮੀ ਪਾਰਟੀ ਨੇ ਵੀ ਇਕੱਲਿਆਂ ਜੋ ਚੋਣ ਲੜਨ ਦਾ ਫੈਸਲਾ ਕੀਤਾ ਹੈ ਉਹ ਮਹਾਗਠਜੋੜ ਜਾਂ ਮੈਂ ਸਮਝਦਾ ਵੀ ਜਿਹੜਾ ਪੰਜਾਬ ਦੇ ਵਿੱਚ ਇੱਕ ਗਠਜੋੜ ਬਣ ਰਿਹਾ ਉਸ ਨੂੰ ਤਾਰ ਪੀੜੋ ਕਰਨ ਦੀ ਕੋਸ਼ਿਸ਼ ਵਜੋਂ ਇੱਕ ਗੱਲ ਦੇਖੀ ਜਾਣੀ ਚਾਹੀਦੀ। ਜੀ ਕਿ ਪਲਾਹੀ ਸਾਹਿਬ ਇਹ ਗੱਲ ਜਿਹੜੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਅਕਾਲੀਆਂ ਨੂੰ ਗੱਲ ਨਾਲ ਲਾਏਗੀ ਜਾਂ ਫਿਰ ਭਾਜਪਾ ਨਾਲ ਹੀ ਗਠਜੋੜ ਰੱਖੇਗੀ? ਨਹੀਂ ਦੇਖੋ ਇੱਕ ਗੱਲ ਤਾਂ ਸ਼੍ਰੋਮਣੀ ਗੁਰਦੁਆਰਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਿਹੜੇ ਮੌਜੂਦਾ ਪ੍ਰਧਾਨ ਨੇ ਜਿਨ੍ਹਾਂ ਕਰਕੇ ਟਕਸਾਲੀ ਜਿਹੜੇ ਨੇ ਉਹਨਾਂ ਦੇ ਵਿੱਚੋਂ ਵੱਖਰੇ ਹੋਏ ਨੇ, ਮਜੀਠੀਏ ਨੂੰ ਆਪਣੀ ਗੱਲ ਨਾਲ ਲਾਈ ਤੁਰੇ ਫਿਰਦੇ ਨੇ ਜਾਂ ਉਹਨਾਂ ਮਾਡਰਨ ਕਿਸਮ ਦੇ ਅਕਾਲੀਆਂ ਨੂੰ ਜਿਨ੍ਹਾਂ ਦਾ ਮਾਫੀਆ ਦੇ ਵਿੱਚ ਵੀ ਨਾਂ ਵੱਜਦਾ ਹੈ, ਨਸ਼ਿਆਂ ਦੇ ਵਿੱਚ ਵੀ ਨਾਂ ਵੱਜਦਾ ਹੈ ਔਰ ਜਿਹੜੇ ਆਪਣੇ ਆਪ ਨੂੰ ਧੜੱਲੇਦਾਰ ਨੌਜਵਾਨ ਲੀਡਰ ਸਮਝਦੇ ਨੇ ਔਰ ਜਿਹੜੇ ਸਮਝਦੇ ਨੇ ਕਿ ਅਸੀਂ ਬਹੁਤ ਹੀ ਐਨਰਜੈਟਿਕ ਹਾਂ ਔਰ ਆਪਣੇ ਢੰਗ ਦੇ ਨਾਲ ਅਕਾਲੀ ਦਲ ਨੂੰ ਚਲਾ ਸਕਦੇ ਹਾਂ, ਟੈਲੀਫੋਨਾਂ ਦੇ ਉੱਤੇ, ਮੋਬਾਈਲ ਦੇ ਉੱਤੇ, ਇੰਟਰਨੈਟ ਦੇ ਉੱਤੇ, ਫੇਸਬੁੱਕ ਦੇ ਰਾਹੀਂ ਜਾਂ ਫੇਸ ਮਤਲਬ ਸੋਸ਼ਲ ਮੀਡੀਆ ਦੇ ਰਾਹੀਂ ਉਹਨਾਂ ਲੋਕਾਂ ਨੂੰ ਨਾਲ ਲੈ ਕੇ ਜਦੋਂ ਤੋਂ
ਅਕਾਲੀ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਸਿੱਖਾਂ ਵਾਲਾ ਏਜੰਡਾ ਛੱਡਿਆ ਹੈ, ਜਥੇਦਾਰੀ ਵਾਲਾ ਏਜੰਡਾ ਛੱਡਿਆ ਹੈ, ਉਸ ਵੇਲੇ ਤੋਂ ਬਹੁਤ ਸਾਰੇ ਉਹ ਟਕਸਾਲੀ ਲੋਕ ਜਿਹਨਾਂ ਦਾ ਲੋਕਾਂ ਦੇ ਵਿੱਚ ਬੜਾ ਵੱਡਾ ਆਧਾਰ ਸੀ, ਜਿਹੜੇ ਇਵੇਂ ਸਮਝਿਆ ਜਾਂਦਾ ਸੀ ਕਿ ਲੋਕਾਂ ਦੇ ਲਈ ਉਹ ਪੂਜਣ ਵਾਲੇ ਨੇ ਔਰ ਕੁਰਬਾਨੀ ਕਰਨ ਵਾਲੇ ਲੋਕ ਨੇ, ਉਹ ਜਦੋਂ ਤੋਂ ਆਪਣੇ ਉਹਨਾਂ ਤੋਂ ਵੱਖਰੇ ਹੋ ਗਏ ਨੇ। ਅਕਾਲੀ ਦਲ ਦਾ ਪਤਨ ਜਿਹੜਾ ਹੈ ਲਗਾਤਾਰ ਦੇਖਣ ਨੂੰ ਮਿਲ ਰਿਹਾ। ਤੋ ਹੁਣ ਵੀ ਸੁਖਬੀਰ ਬਾਦਲ ਨੇ ਬੜੇ ਸਪਸ਼ਟ ਸ਼ਬਦਾਂ ਦੇ ਵਿੱਚ ਗੱਲ ਕਹਿਤੀ ਵੀ ਅਸੀਂ ਟਕਸਾਲੀ ਅਕਾਲੀ ਜਿਹੜੇ ਨੇ ਉਹਨਾਂ ਨੇ ਸਾਡੇ ਖਿਲਾਫ਼ ਗੱਲਾਂ ਕੀਤੀਆਂ ਨੇ, ਸਾਡੇ ਏਜੰਡੇ ਨੂੰ ਲਾਗੂ ਕਰਨ ਦਾ ਯਤਨ ਨਹੀਂ ਕੀਤਾ ਜਾਂ ਸਾਡੀ ਗੱਲ ਉਹਨਾਂ ਨੇ ਨਹੀਂ ਸੁਣੀ। ਹਾਲਾਂਕਿ ਗੱਲ ਉਲਟ ਹੈ ਕਿ ਟਕਸਾਲੀਆਂ ਦੀ ਗੱਲ ਨਹੀਂ ਸੁਣਦੇ ਰਹੇ ਔਰ ਵੱਡੇ ਬਾਦਲ ਜਦੋਂ ਤੋਂ ਪਰੇ ਹੋ ਕੇ ਬੈਠੇ ਨੇ ਉਦੋਂ ਤੋਂ, ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹਰਸਿਮਰਤ ਤੇ ਸੁਖਬੀਰ ਤੇ ਮਜੀਠੀਏ ਦਾ ਬੋਲਬਾਲਾ ਹੋਇਆ ਹੈ ਤੇ ਸਟਿੱਕੜੀ ਦਾ, ਉਸ ਵੇਲੇ ਤੋਂ ਬਹੁਤ ਸਾਰੇ ਉਹ ਲੋਕ ਟਕਸਾਲੀ ਲੋਕ ਜਿਹੜੇ ਲੰਮੇ ਸਮੇਂ ਤੋਂ ਅਕਾਲੀ ਦਲ ਨਾਲ ਜੁੜੇ ਹੋਏ ਸੀ, ਉਹਨਾਂ ਨੇ ਆਪਣੀਆਂ ਆਪ ਖੁਦਰੀਆਂ ਕੀਤੀਆਂ ਤੇ ਟਕਸਾਲੀ ਜਿਹੜੇ ਨੇ ਉਹਨਾਂ ਤੋਂ ਵੱਖਰੇ ਹੋਏ ਨੇ। ਸੋ ਬੜੇ ਸਾਫ ਸ਼ਬਦਾਂ ਵਿੱਚ ਉਹਨਾਂ ਨੇ ਤਾਂ ਗੱਲ ਆਖ ਦਿੱਤੀ ਕਿ ਉਹਨਾਂ ਦਾ ਗੱਠਜੋੜ ਜਿਹੜਾ ਹੈ ਭਾਜਪਾ ਦੇ ਨਾਲ ਹੀ ਰਹੇਗਾ, ਉਹ ਟਕਸਾਲੀਆਂ ਨੂੰ ਆਪਣੇ ਨਾਲ ਨਹੀਂ ਜੋੜਨਗੇ ਕਿਉਂਕਿ ਉਹਨਾਂ ਦੇ ਵਿਚਾਰਾਂ ਨਾਲ ਹੁਣ ਉਹਨਾਂ ਦੀ ਕੋਈ ਸਾਂਝ ਨਹੀਂ ਰਹੀ। ਜੀ ਭਲੇ ਸਾਹਿਬ, ਐਡਵੋਕੇਟ ਐਸ ਐਚ ਫੂਲਕਾ ਨੇ ਮੰਚ ਬਣਾ ਕੇ ਸ਼੍ਰੋਮਣੀ ਅਕਾਲੀ ਦਲ ਤੋਂ ਗੁਰਦੁਆਰਿਆਂ ਤੋਂ ਕਬਜ਼ੇ ਹਟਾਉਣ ਦੀ ਗੱਲ ਕੀਤੀ ਹੈ, ਪਰ ਖਬਰਾਂ ਇਹ ਵੀ ਨੇ ਕਿ ਐਸ ਜੀ ਪੀ ਸੀ ਅਧਿਕਾਰੀ ਹੁਣ ਵੀ ਫਾਈਲਾਂ ਸੁਖਬੀਰ ਬਾਦਲ ਨੂੰ ਦਿਖਾਉਂਦੇ ਨੇ, ਅਤੇ ਕਿ ਫਿਰ ਫੂਲਕਾ ਦਾ ਮੰਚ ਇਸ 'ਤੇ ਕੋਈ ਕਾਰਵਾਈ ਕਰੇਗਾ ਜਾਂ ਸ਼੍ਰੋਮਣੀ ਕਮੇਟੀ ਤੋਂ ਸੱਜਣ ਕੁਮਾਰ ਦੇ ਮਾਮਲੇ 'ਤੇ ਸਨਮਾਨ ਲੈ ਕੇ ਚੁੱਪ ਹੋ ਜਾਣਗੇ। ਦੂਜਾ ਸਵਾਲ ਇਹ ਵੀ ਹੈ ਕਿ ਐਚ ਐਸ ਫੂਲਕਾ ਸਿਆਸੀ ਗਠਜੋੜ 'ਚ ਸ਼ਾਮਿਲ ਹੋਣਗੇ? ਦੇਖੋ, ਇੱਕ ਗੱਲ ਤਾਂ ਬੜੀ ਸਾਫ਼ ਸੁਥਰੀ ਹੋਣ ਲੱਗ ਪਈ, ਉਹ ਇਹ ਭਈ ਫੂਲਕਾ ਸਾਹਿਬ ਨੂੰ ਇਸ ਗੱਲ ਦਾ ਭੁਲੇਖਾ ਪੈ ਗਿਆ ਵੀ ਸਿਰਫ ਤੇ ਸਿਰਫ ਉਹਨਾਂ ਨੇ ਸੱਜਣ ਕੁਮਾਰ ਨੂੰ ਸਜ਼ਾ ਦਿਵਾਉਣ ਲਈ ਯਤਨ ਕੀਤਾ ਹੈ। ਇਹ ਠੀਕ ਹੈ ਕਿ ਉਹਨਾਂ ਦੀ ਇਸ ਮਾਮਲੇ ਤੇ ਬੜੀ ਵੱਡੀ ਕੰਟਰੀਬਿਊਸ਼ਨ ਹੈ, ਇਸ ਨੂੰ ਭੁਲਾਇਆ ਨਹੀਂ ਜਾਣਾ ਚਾਹੀਦਾ। ਗਵਾਹਾਂ ਨੇ ਵੀ ਬੜੇ ਵੱਡੇ ਪੱਧਰ ਤੇ ਆਪਣੇ ਵੱਲੋਂ ਬੜਾ ਯਤਨ ਕਰਕੇ ਉਹਨਾਂ ਦੇ ਨਾਲ ਉਹਨਾਂ ਦੀ ਬਾਂਹ ਫੜ ਕੇ ਅੱਗੇ ਤੁਰਨ ਦਾ ਯਤਨ ਕੀਤਾ, ਪਰ ਹੈਰਾਨੀ ਉਸ ਵੇਲੇ ਹੋਈ ਪਈ ਜਿਸ ਪਾਰਟੀ ਦਾ ਇਹ ਸਜ਼ਾ ਦਿਵਾਉਣ ਲਈ ਕੋਈ ਮਤਲਬ ਥਾਂ ਹੀ ਨਹੀਂ ਸੀ, ਉਸ ਪਾਰਟੀ ਤੋਂ ਇੱਕ ਵੱਡੇ ਨੇਤਾ ਤੋਂ ਇੱਕ ਵੱਡੇ ਮੰਤਰੀ ਤੋਂ ਫੂਲਕਾ ਸਾਹਿਬ ਨੇ ਜਾ ਕੇ ਸਨਮਾਨ ਲਿਆ। ਜਿਸ ਵੇਲੇ ਉਹਨਾਂ ਦੇ ਉੱਤੇ ਸਵਾਲ ਕੀਤਾ ਗਿਆ ਕਿ ਕੀ ਤੁਸੀਂ ਭਾਜਪਾ ਵਿੱਚ ਸ਼ਾਮਲ ਹੋ ਰਹੇ ਹੋ, ਤੇ ਉਹਨਾਂ ਨੇ ਬੜੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਨਹੀਂ। ਜਿਸ ਵੇਲੇ ਉਹਨਾਂ ਨੇ ਮੰਚ ਬਣਾਇਆ ਸੀ ਪੰਜਾਬ ਦੇ ਵਿੱਚ, ਉਹਨਾਂ ਦੇ ਵਿੱਚ ਇੱਕ ਗੱਲ ਕੀਤੀ ਗਈ ਕਿ ਮੈਂ ਹੁਣ ਕਿਸੇ ਸਿਆਸੀ ਪਾਰਟੀ ਦੇ ਨਾਲ ਨਹੀਂ ਜੁੜਨਾ, ਨਾ ਮੈਂ ਕਿਸੇ ਸਿਆਸਤ ਦੇ ਵਿੱਚ ਆਉਣਾ ਹੈ, ਪਰ ਮੈਂ ਇਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਜੋ ਬਾਦਲਾਂ ਦਾ ਕਬਜ਼ਾ ਹੈ ਉਸ ਨੂੰ ਹਟਾਉਣ ਲਈ ਮੈਂ ਯਤਨ ਕਰਨਾ ਹੈ। ਤੋ ਉਸ ਕੰਮ ਦੇ ਲਈ ਮੈਂ, ਉਹਨਾਂ ਨੇ ਕਿਹਾ ਕਿ ਮੈਂ ਹਰ ਪਿੰਡ ਦੇ ਵਿੱਚੋਂ 15-20 ਜੁਝਾਰੂ ਯੋਧੇ ਜਿਹੜੇ ਨੇ ਉਹ ਇਸ ਕੰਮ ਲਈ ਲੈਣੇ ਨੇ ਔਰ ਇੱਕ ਮੰਚ ਜਿਹੜਾ ਹੈ ਉਸ ਦੀ ਉਹਨਾਂ ਨੇ ਸਥਾਪਤੀ ਕੀਤੀ। ਪਰ ਹੈਰਾਨੀ ਦੀ ਗੱਲ ਮੈਨੂੰ ਉਸ ਵੇਲੇ ਲੱਗੀ ਜਿਸ ਵੇਲੇ ਜਿਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੌਧਰੀਆਂ ਦੇ ਵਿਰੋਧ ਦੇ ਵਿੱਚ ਉਹਨਾਂ ਨੇ ਆਪਣਾ ਝੰਡਾ ਬੁਲੰਦ ਕੀਤਾ, ਉਹਨਾਂ ਤੋਂ ਹੀ ਉਹ 26 ਜਨਵਰੀ ਨੂੰ ਜਾ ਕੇ ਸਨਮਾਨ ਲੈ ਰਹੇ ਨੇ। ਤੇ ਇਹ ਆਪਣੇ ਆਪ ਦੇ ਵਿੱਚ ਇੱਕ ਬੜਾ ਵੱਡਾ ਸਵਾਲ ਖੜਾ ਕਰਦੀ ਹੈ ਵੀ ਕੀ ਇਹ ਸਿਰਫ ਇੱਕ ਨਾਅਰੇਬਾਜ਼ੀ ਹੈ, ਕੀ ਇਹ ਸਿਰਫ ਸਨਮਾਨ ਪ੍ਰਾਪਤ ਕਰਨ ਲਈ ਜਾਂ ਅਕਾਲ ਤਖ਼ਤ ਤੇ ਜਾ ਕੇ ਆਪਣਾ ਸੋਭਾ ਪਾਉਣ ਵਾਲੀ ਗੱਲ ਤੱਕ ਹੀ ਉਹਨਾਂ ਨੇ ਆਪਣੇ ਆਪ ਨੂੰ ਸੀਮਿਤ ਕਰ ਲਿਆ, ਜਾਂ ਕਿਉਂਕਿ ਬਾਦਲਾਂ ਦੀਆਂ ਜੜ੍ਹਾਂ ਬੜੀਆਂ ਲੰਮੀਆਂ ਨੇ, ਖਾਸ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਉਹਨਾਂ ਦਾ ਜਿਸ ਢੰਗ ਨਾਲ ਉਹਨਾਂ ਨੇ ਆਪਣੇ ਬੰਦੇ ਇੰਪਲਾਂਟ ਕੀਤੇ ਹੋਏ ਨੇ, ਜਿਸ ਢੰਗ ਦੇ ਨਾਲ ਉਹ ਉਸ ਪੈਸੇ ਨੂੰ ਹਜ਼ਮ ਕਰਨ ਲਈ ਇੱਧਰ ਉੱਧਰ ਕਰਨ ਦੇ ਲਈ ਉਹਨਾਂ ਨੇ ਆਪਣੇ ਬੰਦਿਆਂ ਨੂੰ ਉੱਥੇ ਰੱਖਿਆ ਹੋਇਆ, ਪਿਛਲੇ ਦਿਨੀ ਭਾਵੇਂ ਕਿ ਹੁਣ ਉਸ ਨੂੰ ਹਟਾ ਦਿੱਤਾ ਗਿਆ ਹੈ ਤੇ ਜਨਰਲ ਸਕੱਤਰ ਇੱਥੇ ਨੀਅਰ ਕੀਤਾ ਗਿਆ ਸੀ ਜਿਹਨੂੰ 2 ਲੱਖ ਰੁਪਏ ਇੱਕ ਮਹੀਨੇ ਦੇ ਦਿੱਤੇ ਜਾਂਦੇ ਸਨ ਸਿਰਫ ਉਹ ਸਾਰਾ ਕੁਝ ਕੰਟਰੋਲ ਕਰਨ ਦੀ ਖਾਤਰ। ਹੁਣ ਵੀ ਕਿਸੇ ਹੋਰ ਨੂੰ ਨਾਂ ਲਾ ਕੇ ਸੁਖਬੀਰ ਬਾਦਲ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਕੰਮਾਂ ਕਾਰਾਂ ਦੇ ਵਿੱਚ ਸਿੱਧਾ ਸਿੱਧਾ ਦਖਲ ਦਿੰਦੇ ਨੇ। ਅੰਮ੍ਰਿਤਸਰ ਦੇ ਵਿੱਚ ਇੱਕ ਘਟਨਾ ਜਿਹੜੀ ਹੈ ਅਖਬਾਰਾਂ ਦੇ ਵਿੱਚ ਬੜੀ ਛਾਇਆ ਹੋਈ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਜਿਹੜੇ ਉੱਥੇ ਕੰਮ ਕਰਨ ਵਾਲੇ ਓਫੀਸ਼ਲ ਸਨ
ਉਹ ਫਾਈਲਾਂ ਲੈ ਕੇ ਬਾਦਲ ਸਾਹਿਬ ਦੇ ਕੋਲ ਮੁਕਤਸਰ ਪਹੁੰਚੇ ਹੋਏ ਸਨ ਔਰ ਇਹਨਾਂ ਤਰਨ ਤਾਰਨ ਵਿਖੇ ਪਹੁੰਚੇ ਹੋਏ ਸਨ ਔਰ ਉਹਨਾਂ ਨੂੰ ਆਪਣੀਆਂ ਫਾਈਲਾਂ ਦਿਖਾ ਰਹੇ ਸੀ। ਉਹਨਾਂ ਫਾਈਲਾਂ ਵਿੱਚ ਕੀ ਸੀ ਇਹਦੇ ਬਾਰੇ ਤਾਂ ਹਾਲੇ ਬਹੁਤਾ ਕੁਝ ਨਹੀਂ ਕਿਹਾ ਜਾਂਦਾ, ਪਰ ਫਾਈਲਾਂ ਦੇ ਉੱਤੇ ਜਿਵੇਂ ਮਤਲਬ ਵਾਰਤਾ ਲੱਗਾ ਹੋਇਆ ਸੀ ਕਿ ਰੋਜ਼ਾਨਾ ਦੀ ਡਾਕ ਹੈ, ਉਸ ਤੋਂ ਇਹ ਇਹ ਗੱਲ ਦੀ ਸੰਭਾਵਨਾ ਬਣਦੀ ਜਾਂਦੀ ਹੈ ਕਿ ਲੌਂਗੋਵਾਲ ਤਾਂ ਅਸਲ ਮਹਿਨਿਆਂ ਦੇ ਵਿੱਚ ਇੱਕ ਨਾਂ ਦਾ ਪ੍ਰਧਾਨ ਹੈ, ਅਸਲ ਮਹਿਨਿਆਂ ਦੇ ਵਿੱਚ ਪ੍ਰਧਾਨ ਤਾਂ ਸੁਖਬੀਰ ਸਿੰਘ ਬਾਦਲ ਹੈ ਜਿਹੜਾ ਕਿ ਲਗਾਤਾਰ ਉਹਨਾਂ ਸਾਰੇ ਮਾਮਲਿਆਂ ਦੀ ਦੇਖਭਾਲ ਕਰਦਾ ਹੈ, ਜਿਹੜੀਆਂ ਕਿ ਸ਼੍ਰੋਮਣੀ ਕਮੇਟੀ ਹਰ ਵੇਲੇ ਹਰ ਰੋਜ਼ ਆਪਣੇ ਢੰਗ ਦੇ ਨਾਲ ਵੱਖੋ ਵੱਖਰੇ ਪ੍ਰੋਜੈਕਟ ਕਰਕੇ ਲਿਆਉਂਦੀ ਹੈ। ਸੋ ਮੈਂ ਸਮਝਦਾ ਭਾਈ ਫੂਲਕਾ ਦਾ ਦੋਹਰਾ ਕਿਰਦਾਰ ਜਿਹੜਾ ਹੈ ਉਹ ਇਸ ਵੇਲੇ ਲੋਕਾਂ ਦੇ ਸਾਹਮਣੇ ਆ ਰਿਹਾ। ਇੱਕ ਪਾਸੇ ਉਸ ਵੱਲੋਂ ਇਹ ਗੱਲ ਕਹਿਣੀ ਕਿ ਮੈਂ ਤਾਂ ਸਿਰਫ ਧਾਰਮਿਕ ਮਾਮਲਿਆਂ ਤੱਕ ਆਪਣੇ ਆਪ ਨੂੰ ਸੀਮਿਤ ਕਰ ਲਿਆ ਹੈ ਔਰ ਜਾਂ ਫਿਰ ਮੈਂ ਸੱਜਣ ਕੁਮਾਰ ਤੋਂ ਬਾਅਦ ਟਾਈਟਲਰ ਨੂੰ ਸਜ਼ਾ ਦਵਾਉਣ ਲਈ ਯਤਨ ਕਰਨਾ ਹੈ ਔਰ ਇਸ ਤੋਂ ਵੀ ਅੱਗੇ ਦੇਖੋ ਕਿੰਨੇ ਹੋਰ ਲੋਕ ਜਿਹੜੇ ਨੇ ਉਹ ਉਹਨਾਂ ਦੇ ਕਤਲ ਕੀਤੇ ਗਏ, ਕਤਲੇਆਮ ਹੋਇਆ ਦਿੱਲੀ ਦੇ ਵਿੱਚ ਇਸ ਵੇਲੇ ਬੜੇ ਲੋਕ ਮਾਰੇ ਗਏ, ਪਰ ਉਹਨਾਂ ਸਾਰੀਆਂ ਕਹਾਣੀਆਂ ਨੂੰ ਪੁਲਿਸ ਨੇ ਆਪਣੀਆਂ ਫਾਈਲਾਂ ਦੇ ਵਿੱਚ ਦਫ਼ਨ ਕਰ ਦਿੱਤਾ, ਉਹਨਾਂ ਫਾਈਲਾਂ ਨੂੰ CBI ਨੇ ਆਪਣੀਆਂ ਫਾਈਲਾਂ ਦੇ ਵਿੱਚ ਦਫ਼ਨ ਕਰ ਦਿੱਤਾ ਔਰ ਉਹਨਾਂ ਫਾਈਲਾਂ ਨੂੰ ਉਹਨਾਂ ਸਿਆਸਤਦਾਨਾਂ ਨੇ ਪੁਸ਼ਤ ਪਨਾਹੀ ਕਰਕੇ ਬਿਲਕੁਲ ਲੁਕੋ ਕੇ ਰੱਖ ਦਿੱਤਾ ਔਰ ਇਸ ਮਾਮਲੇ ਦੇ ਉੱਤੇ ਥੋੜ੍ਹਾ ਬਹੁਤਾ ਜੇ ਕਿਸੇ ਨੇ ਕੰਮ ਕੀਤਾ ਹੈ ਉਹ ਫੂਲਕਾ ਸੀ ਔਰ ਫੂਲਕਾ ਨੇ ਇਸ ਦੇ ਵਿੱਚੋਂ ਸਿਆਸਤ ਖੇਡਣ ਦਾ ਜਦੋਂ ਵੀ ਯਤਨ ਕਰਨਾ ਹੈ, ਜਦੋਂ ਵੀ ਉਸਨੇ ਇਸ ਢੰਗ ਦਾ ਵਰਤ ਵਰਤਾਰਾ ਕਰਨਾ ਹੈ ਤਾਂ ਮੈਂ ਸਮਝਦਾ ਕਿ ਉਹ ਉਸ ਵੱਲੋਂ ਕੀਤੇ ਕਾਰਜਾਂ ਨੂੰ ਛੁਟਿਆਉਣ ਵਾਲਾ ਕਾਰਜ ਹੋਏਗਾ। ਹੁਣ ਵੀ ਉਹਦੇ ਵੱਲੋਂ ਮੰਚ ਦੀ ਉਸਾਰੀ ਕਰਨ ਦੀ ਗੱਲ ਕੀਤੀ ਗਈ ਪਰ ਮੰਚ ਦੀ ਉਸਾਰੀ ਕਰਨ ਤੋਂ ਬਾਅਦ ਉਹ ਸਨਮਾਨ ਲੈਣ ਦੇ ਚੱਕਰ ਵਿੱਚ ਪੈ ਗਿਆ। ਮੈਨੂੰ ਨਹੀਂ ਸਮਝ ਲੱਗਦੀ ਕਿ ਜਿਸ ਵੇਲੇ ਪੰਜਾਬ ਦੇ ਲੋਕ ਉਸ ਨੂੰ ਇਸ ਨਿਗਾਹ ਦੇ ਨਾਲ ਦੇਖਦੇ ਨੇ ਕਿ ਭਾਈ ਬੰਦ ਤੂੰ ਹੀ ਇੱਕ ਇਹੋ ਜਿਹਾ ਵਿਅਕਤੀ ਹੈ ਜਿਹਨੇ ਇਨਸਾਫ਼ ਦੇ ਲਈ ਗੁਹਾਰ ਲਾਈ, ਲੰਮਾ ਸਮਾਂ ਤੂੰ ਇਹਦੇ ਲਈ ਕੰਮ ਕੀਤਾ, ਫਿਰ ਤੂੰ ਆਪਦੇ ਵਿਰੋਧੀ ਧਿਰ ਦਾ ਨੇਤਾ ਹੋਣ ਦੇ ਨਾਤੇ ਜਿਸ ਵੇਲੇ ਆਪਣੀ ਗੱਡੀ ਵਾਲੀ ਕਾਰ ਵੀ ਤੂੰ ਛੱਡ ਦਿੱਤੀ, ਲੋਕ ਤਾਂ ਤੇਰੇ ਲਈ ਆਪਣੇ ਮਨ ਦੇ ਵਿੱਚ ਮਤਲਬ ਇੱਜ਼ਤ ਮਾਣ ਦਾ ਇੱਕ ਸਥਰ ਵਿਛਾ ਕੇ ਬੈਠੇ ਨੇ ਤੇ ਤੂੰ ਜਿਸ ਵੇਲੇ ਇਹ ਗੱਲ ਕਰਦਾ ਕਿ ਮੈਂ ਜਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਜਾਏ ਜਾ ਰਹੇ ਸਮਾਗਮ ਵਿੱਚ ਜਾ ਕੇ ਸਨਮਾਨ ਲਵਾਂ ਜਾਂ ਭਾਜਪਾ ਤੋਂ ਇਸ ਕਿਸਮ ਦਾ ਸਨਮਾਨ ਲਵਾਂ, ਆਪਣੇ ਗੱਲ ਦੇ ਵਿੱਚ ਸਰੋਪਾ ਪਵਾਵਾਂ ਜਾਂ ਉਹਨਾਂ ਵੱਲੋਂ ਇਹ ਚਾਰ ਸ਼ਬਦ ਕਹਾਵਾਂ ਕਿ ਤੂੰ ਬਹੁਤ ਵੱਡੇ ਕਾਰਜ ਕੀਤੇ ਨੇ, ਤੋ ਮੈਂ ਸਮਝਦਾ ਕਿ ਇਹ ਅਸਲ ਵਿੱਚ ਉਸ ਸ਼ਖਸੀਅਤ ਨੂੰ ਆਪਣੀ ਵੱਡੀ ਸ਼ਖਸੀਅਤ ਨੂੰ ਨੀਵਾਂ ਕਰਨ ਵਾਲਾ ਯਤਨ ਹੈ। ਤੋ ਇਹ ਗੱਲ ਤਾਂ ਪੱਕੀ ਸਾਫ਼ ਸੁਥਰੀ ਸਾਡੇ ਮਨ ਵਿੱਚ ਆਉਂਦੀ ਹੈ ਉਹ ਇਹ ਕਿ ਫੂਲਕੇ ਨੇ ਹੁਣ ਕਿਸੇ ਵੀ ਢੰਗ ਦੇ ਨਾਲ ਕਿਸੇ ਵੀ ਸਿਆਸਤ ਵਾਲੇ ਕਾਰਜ ਵਿੱਚ ਹੁਣ ਤੱਕ ਦੀ ਜੋ ਸਥਿਤੀ ਹੈ ਹਿੱਸਾ ਨਹੀਂ ਲੈਣਾ ਤੇ ਮਹਾਂਗਠਜੋੜ ਜਾਂ ਗਠਜੋੜ ਦੇ ਵਿੱਚ ਆਉਣ ਦਾ ਤਾਂ ਉਹਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਜੀ। ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਸੁਖਪਾਲ ਖਹਿਰਾ ਦੀ ਵਿਦਾਇਗੀ ਰੱਦ ਕਰਨ ਦਾ 15 ਦਿਨਾਂ ਦਾ ਨੋਟਿਸ ਜਾਰੀ ਕੀਤਾ ਸੀ ਤੇ ਹੁਣ ਸੁਖਬੀਰ ਬਾਦਲ ਨੂੰ 6 ਫਰਵਰੀ ਤੱਕ ਸਪਸ਼ਟੀਕਰਨ ਦੇਣ ਦਾ ਸਮਾਂ ਦਿੱਤਾ ਗਿਆ ਕਿ ਉਹਨਾਂ ਨੇ ਵਿਧਾਨ ਸਭਾ ਦਾ ਅਨੁਸ਼ਾਸਨ ਭੰਗ ਕੀਤਾ ਸੀ ਜੋ ਉਹਨਾਂ ਖਿਲਾਫ ਇਹ ਕਦਮ ਚੁੱਕਿਆ ਗਿਆ। ਬਿਲਕੁਲ ਦੋ ਗੱਲਾਂ ਵੱਖੋ ਵੱਖਰੀਆਂ ਨੇ ਜੀ। ਇੱਕ ਗੱਲ ਤਾਂ ਵਿਧਾਇਕੀ ਦੇ ਨਾਲ ਜੁੜੀ ਹੋਈ ਗੱਲ ਹੈ। ਬੜੇ ਲੰਮੇ ਸਮੇਂ ਤੋਂ ਇਸ ਗੱਲ ਦਾ ਇੰਤਜ਼ਾਰ ਸੀ ਕਿ ਸਾਡੇ ਮਾਨਯੋਗ ਸੁਖਪਾਲ ਖਹਿਰਾ ਜੀ ਅਸਤੀਫਾ ਦੇਣਗੇ ਜਿਵੇਂ ਕਿ ਬਲਦੇਵ ਸਿੰਘ ਮਾਸਟਰ ਬਲਦੇਵ ਸਿੰਘ ਹੋਰਾਂ ਨੇ ਦਿੱਤਾ ਔਰ ਜਿਸ ਅਸਤੀਫੇ ਬਾਰੇ ਅੱਜ ਇਹ ਖਬਰ ਛਪੀ ਹੈ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਵਿਰੋਧੀ ਧਿਰ ਦਾ ਨੇਤਾ ਹੈ ਉਸਨੇ ਤਾਂ ਬਹੁਤ ਸਾਫ਼ ਸ਼ਬਦਾਂ ਵਿੱਚ ਕਹਿ ਦਿੱਤਾ ਸਾਨੂੰ ਤਾਂ ਪਤਾ ਹੀ ਨਹੀਂ ਬਲਦੇਵ ਸਿੰਘ ਮਾਸਟਰ ਨੇ ਅਸਤੀਫਾ ਦਿੱਤਾ ਹੈ ਕਿ ਨਹੀਂ ਦਿੱਤਾ। ਇਹ ਆਪਣੇ ਆਪ ਦੇ ਵਿੱਚ ਬੜੇ ਵੱਡੇ ਸਵਾਲ ਖੜੇ ਕਰਦਾ। ਉਹ ਸਵਾਲ ਕੀ ਨੇ? ਸਵਾਲ ਇਹ ਨੇ ਕਿ ਕੋਈ ਵੀ ਵਿਧਾਇਕ ਚਾਹੇ ਉਹ ਆਮ ਆਦਮੀ ਪਾਰਟੀ ਦੇ ਨਾਲ ਜੁੜਿਆ ਹੋਇਆ ਜਾਂ ਕਿਸੇ ਹੋਰ ਪਾਰਟੀ ਦੇ ਨਾਲ ਜੁੜਿਆ ਹੋਇਆ ਉਹ ਅਸਲ 'ਚ ਆਪਣੀ ਟਰਮ ਪੂਰੀ ਕਰਨਾ ਚਾਹੁੰਦਾ ਤਾਂ ਕਿ ਉਸ ਨੂੰ ਬਣਦੀ ਪੈਨਸ਼ਨ ਜਿਹੜੀ ਆ ਮਿਲੇ। ਬਹੁਤ ਸਾਰੇ ਇਹੋ ਜਿਹੇ ਵਿਧਾਇਕ ਨੇ ਜਿਨ੍ਹਾਂ ਦੇ ਵਿੱਚ ਢੀਂਡਸਾ ਵਰਗੇ ਲੋਕਾਂ ਦਾ ਨਾਮ ਵੀ ਆਉਂਦਾ, ਬਾਦਲ ਵਰਗੇ ਲੋਕਾਂ ਦਾ ਨਾਮ ਵੀ ਆਉਂਦਾ ਜਿਹੜੇ ਹਰ ਮਹੀਨੇ 2-2-3-3 ਲੱਖ ਰੁਪਏ ਮਹੀਨੇ ਦੀਆਂ ਪੈਨਸ਼ਨਾਂ ਲੈਂਦੇ ਨੇ। ਤੋ ਇਹ ਸਾਰੇ ਪੈਸੇ ਜਿਹੜੇ ਨੇ ਖਜ਼ਾਨੇ ਦੇ ਵਿੱਚੋਂ ਨਿਕਲਦੇ ਨੇ ਤੇ ਜਿਹੜਾ ਵੀ ਵਿਧਾਇਕ ਇੱਕ ਵਾਰੀ 5 ਸਾਲ ਪੂਰੇ ਕਰ ਲੈਂਦਾ
ਉਸ ਨੂੰ ਇਹ ਇਹ ਜਿਹੜੀ ਪੈਨਸ਼ਨ ਹੈ ਮਿਲਦੀ ਹੈ। ਤੋ ਸਾਰੇ ਵਿਧਾਇਕਾਂ ਦੇ ਮਨ ਵਿੱਚ ਇਸ ਗੱਲ ਦਾ ਲਾਲਚ ਹੈ ਵੀ ਪਤਾ ਨਹੀਂ ਮੁੜ ਕੇ ਫਿਰ ਅਸੀਂ ਵਿਧਾਇਕ ਬਣ ਸਕਣਾ ਹੈ ਕਿ ਨਹੀਂ ਬਣ ਸਕਣਾ, ਸਾਡੀ ਪੈਨਸ਼ਨ ਜਿਹੜੀ ਹੈ ਬਰਕਰਾਰ ਰਹਿਣੀ ਚਾਹੀਦੀ ਹੈ। ਪਰ ਮੈਂ ਸਮਝਦਾ ਵੀ ਅਸੂਲਾਂ ਦੇ ਉੱਤੋਂ ਪੈਨਸ਼ਨਾਂ ਕੀ ਲੋਕਾਂ ਵੱਲੋਂ ਦਿੱਤੀਆਂ ਉਹ ਸਾਰੀਆਂ ਸਹੂਲਤਾਂ ਪਾਰ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ ਜਿਸ ਵੇਲੇ ਲੋਕਾਂ ਦੇ ਪੱਖ ਦੀ ਜੰਗ ਕਿਸੇ ਨੇਤਾ ਨੇ ਲੜਨੀ ਹੋਵੇ। ਪਰ ਇਹੋ ਜਿਹੇ ਲੋਕਾਂ ਦੀ ਹੁਣ ਲਗਾਤਾਰ ਕਮੀ ਦੇਖਣ ਨੂੰ ਮਿਲ ਰਹੀ ਹੈ। ਸਾਡੇ ਸਿਆਸਤਦਾਨ ਜਿਹੜੇ ਨੇ ਉਹ ਇੰਨੇ ਸਵਾਰਥੀ ਹੋ ਗਏ ਨੇ ਕਿ ਆਪਣੀਆਂ ਸਹੂਲਤਾਂ ਦੀ ਖਾਤਰ ਲੋਕਾਂ ਦੇ ਹਿੱਤ ਜਿਹੜੇ ਨੇ ਉਹਨਾਂ ਨੂੰ ਵੇਚ ਦਿੰਦੇ ਨੇ। ਤੋ ਇਹੋ ਗੱਲ ਜਿਹੜੀ ਹੈ ਹੁਣ ਸਾਹਮਣੇ ਦੇਖਣ ਨੂੰ ਮਿਲ ਰਹੀ ਹੈ। ਇਸ ਵੇਲੇ ਵਿਧਾਨ ਸਭਾ ਦੇ ਵਿੱਚ ਉਹਨਾਂ ਦੇ ਸਪੀਕਰ ਨੇ ਖਹਿਰੇ ਨੂੰ 15 ਦਿਨ ਦਾ ਨੋਟਿਸ ਦਿੱਤਾ ਵੀ ਵਾਕਈ ਤੂੰ ਅਸਤੀਫਾ ਦੇ ਦਿੱਤਾ ਭਾਈ ਸਾਨੂੰ ਇਹ ਗੱਲ ਦੱਸ। ਤੋ ਉਹ ਆਪਣੇ ਮਾਮਲੇ ਦੇ ਉੱਤੇ ਆਪਣਾ ਵਿਚਾਰ ਜਿਹੜਾ ਹੈ ਦਏਗਾ ਤੇ ਸੰਭਾਵਨਾ ਇਸ ਗੱਲ ਦੀ ਹੈ ਕਿਉਂਕਿ ਉਸਨੇ ਆਪਣੀ ਆਪਣੀ ਪਾਰਟੀ ਬਣਾਈ ਹੈ। ਉਹ ਕਹੇਗਾ ਕਿ ਮੈਂ ਅਸਤੀਫਾ ਦਿੱਤਾ ਤੇ ਉਹ ਅਸਤੀਫਾ ਪ੍ਰਵਾਨ ਹੋ ਜਾਏਗਾ। ਦੂਸਰੀ ਗੱਲ ਬਲਦੇਵ ਸਿੰਘ ਹੁਣਾ ਬਾਰੇ ਹੈ, ਉਹ ਵੀ ਇਸ ਕਿਸਮ ਦੀ ਉਹਨਾਂ ਨੂੰ ਨੋਟਿਸ ਜਾਰੀ ਹੋਏਗਾ ਜਿਸ ਵੇਲੇ ਉਹਨਾਂ ਦਾ ਅਸਤੀਫਾ ਵਿਧਾਇਕ ਵਿਧਾਨ ਸਭਾ ਦੇ ਸਪੀਕਰ ਦੇ ਕੋਲ ਜਾਏਗਾ। ਇਸ ਕਿਸਮ ਦਾ ਨੋਟਿਸ ਜਿਹੜਾ ਨੋਟਿਸ ਦੇਣ ਦਾ ਮਤਲਬ ਉਹਨਾਂ ਦਾ ਕਨਫਰਮੇਸ਼ਨ ਹੈ ਜੋ ਲਈ ਜਾਣੀ ਹੈ ਕਿ ਵਾਕਈ ਉਹਨਾਂ ਨੇ ਅਸਤੀਫਾ ਦਿੱਤਾ ਹੈ ਕਿ ਨਹੀਂ ਦਿੱਤਾ। ਜੀ ਜੀ ਬਿਲਕੁਲ। ਦੂਸਰੀ ਗੱਲ ਸੁਖਬੀਰ ਬਾਦਲ ਨਾਲ ਜੁੜੀ ਹੋਈ ਹੈ। ਪਿਛਲੇ ਦਿਨਾਂ ਦੇ ਵਿੱਚ ਜਿਹੜਾ ਬਹੁਤ ਵੱਡਾ ਹੰਗਾਮੇ ਭਰਿਆ ਸੈਸ਼ਨ ਹੋਇਆ ਸੀ ਵਿਧਾਨ ਸਭਾ ਦਾ, ਜਿਸ ਵਿੱਚ ਰਿਪੋਰਟ ਜਿਹੜੀ ਹੈ ਬੇਅਦਬੀ ਦੇ ਮਾਮਲੇ ਦੇ ਉੱਤੇ ਪੇਸ਼ ਕੀਤੀ ਗਈ ਸੀ, ਉਸ ਮਾਮਲੇ ਤੇ ਜਿਸ ਵੇਲੇ ਅੰਦਰ ਰੌਲਾ ਗੋਲਾ ਪਿਆ ਤੇ ਉਸ ਵੇਲੇ ਸੁਖਬੀਰ ਬਾਦਲ ਤੇ ਉਸਦੇ ਬੰਦਿਆਂ ਨੇ ਬਾਹਰ ਆ ਕੇ ਤੇ ਅੰਦਰ ਵੀ ਵਿਧਾਨ ਸਭਾ ਦੇ ਵਿੱਚ ਬੜੀਆਂ ਖਰਮਸਤੀਆਂ ਕੀਤੀਆਂ ਸਨ, ਬੜਾ ਗਾਲੀ ਗਲੋਚ ਪੜ ਗਏ ਸ਼ਬਦ ਜਿਹੜੇ ਨੇ ਉੱਥੇ ਹੋਏ ਸਨ। ਔਰ ਉਸ ਮਾਮਲੇ ਦੇ ਉੱਤੇ ਵਿਧਾਨ ਸਭਾ ਦੀ ਇੱਕ ਕਮੇਟੀ ਬਣੀ ਹੋਈ ਹੈ, ਉਸ ਦੇ ਵਿੱਚ ਇਹ ਕੇਸ ਲਿਆਂਦਾ ਗਿਆ ਸੀ। ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਰਿਪੋਰਟ ਤਿਆਰ ਕੀਤੀ ਜਿਹਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਵਾਕਈ ਅਕਾਲੀ ਦਲ ਦੇ ਭਾਜਪਾ ਦੇ ਕੁਝ ਇੱਕ ਲੋਕਾਂ ਨੇ ਬਹੁਤ ਭੱਦੀ ਭਾਸ਼ਾ ਜਿਹੜੀ ਹੈ ਵਿਧਾਨ ਸਭਾ ਦੇ ਵਿੱਚ ਵਰਤੀ ਹੈ, ਔਰ ਸੁਖਬੀਰ ਬਾਦਲ ਨੇ ਵੀ ਉਸ ਦੇ ਵਿੱਚ ਪੂਰਾ ਸਾਥ ਦਿੱਤਾ ਹੈ। ਸੋ ਉਹਨਾਂ ਦੇ ਲੀਡਰ ਨੂੰ ਜਿਹੜਾ ਕਿ ਉਹਨਾਂ ਦਾ ਲੀਡਰ ਹੈ, ਭਾਵੇਂ ਕਿ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦਾ ਨੇਤਾ ਤਾਂ ਆਮ ਆਦਮੀ ਪਾਰਟੀ ਦਾ ਨੇਤਾ ਹੈ, ਪਰ ਵਿਰੋਧੀ ਧਿਰ ਦੇ ਅਕਾਲੀ ਦਲ ਦੇ ਨੇਤਾ ਵਜੋਂ ਸੁਖਬੀਰ ਬਾਦਲ ਨੂੰ ਇਹ ਨੋਟਿਸ ਜਿਹੜਾ ਹੈ ਉਸ ਕਮੇਟੀ ਵੱਲੋਂ, ਜਿਹੜੀ ਅਨੁਸ਼ਾਸਨੀ ਕਮੇਟੀ ਹੈ ਉਸ ਵੱਲੋਂ ਦਿੱਤਾ ਗਿਆ ਹੈ ਕਿ ਕਿਉਂ ਨਾ ਉਸ ਦੇ ਵਿਰੁੱਧ ਕੋਈ ਕਾਰਵਾਈ ਕੀਤੀ ਜਾਏ ਕਿ ਉਸਨੇ ਤੇ ਉਸਦੀ ਪਾਰਟੀ ਦੇ ਲੋਕਾਂ ਨੇ ਬਹੁਤ ਭੱਦੀ ਭਾਸ਼ਾ ਜਿਹੜੀ ਹੈ ਉਹ ਵਿਧਾਨ ਸਭਾ ਦੇ ਵਿੱਚ ਵਰਤੀ ਹੈ। ਇਹ ਅਸਲ ਮਹੀਨਿਆਂ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ 40-50 ਸਾਲ ਦੇ ਸਮੇਂ ਤੋਂ ਵੱਖੋ ਵੱਖਰੀਆਂ ਵਿਧਾਨ ਸਭਾਵਾਂ ਦੇ ਵਿੱਚ ਜਾਂ ਲੋਕ ਸਭਾ ਦੇ ਵਿੱਚ ਇਹੋ ਜਿਹੀਆਂ ਕਿਸਮ ਦੀਆਂ ਟਿੱਪਣੀਆਂ ਜਿਹੜੀਆਂ ਹੁੰਦੀਆਂ ਰਹੀਆਂ ਨੇ। ਪਿਛਲੇ ਦਿਨਾਂ ਦੇ ਵਿੱਚ ਤਾਂ ਗਾਲੀ ਗਲੋਚ ਹੋਣ ਵਾਲੀ ਗੱਲ ਵੀ ਸਾਨੂੰ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਇੱਕ ਅਕਾਲੀ ਲੀਡਰ ਵੱਲੋਂ ਗਾਲੀ ਕੱਢੀ ਗਈ, ਗੰਦੀ ਗਾਲ, ਕਾਂਗਰਸ ਵੱਲੋਂ ਵੀ ਗਾਲਾਂ ਕੱਢੀਆਂ ਗਈਆਂ। ਉਸ ਤੋਂ ਪਹਿਲਾਂ ਵੱਖੋ ਵੱਖਰੀਆਂ ਹੋਰ ਬਹੁਤ ਸਾਰੀਆਂ ਵਿਧਾਨ ਸਭਾ ਵਿੱਚ ਗਾਲਾ ਗਲੋਚ ਦੇ ਨਾਲ ਨਾਲ ਕੁੱਟਮਾਰ ਹੋਣ ਦੀਆਂ ਖਬਰਾਂ ਵੀ ਆਈਆਂ, ਔਰ ਮਾੜੀ ਭਾਸ਼ਾ ਵਰਤਣ ਦੀ ਗੱਲ ਤਾਂ ਪਾਰਲੀਮੈਂਟ ਦੇ ਬਹੁਤ ਸਾਰੇ ਸੈਸ਼ਨਾਂ ਦੇ ਵਿੱਚ ਵੱਖੋ ਵੱਖਰੇ MPs ਵੱਲੋਂ ਦੇਖਣ ਨੂੰ ਸੁਣਨ ਨੂੰ ਵੀ ਮਿਲੀ। ਸੋ ਇਹ ਇੱਕ ਕਿਸਮ ਦੀ ਅਨੁਸ਼ਾਸਨੀ ਕਾਰਵਾਈ ਕਰਨ ਵਾਲਾ ਨੋਟਿਸ ਹੈ ਜੋ ਸੁਖਬੀਰ ਬਾਦਲ ਨੂੰ ਦਿੱਤਾ ਗਿਆ ਹੈ। ਸੰਭਾਵਨਾ ਇਸ ਗੱਲ ਦੀ ਹੈ ਕਿ ਉਹ ਆਪਣਾ ਜਿਹੜਾ ਜਵਾਬ ਹੈ ਦਏਗਾ, ਮੁੜ ਕੇ ਫਿਰ ਉਸ ਅਨੁਸ਼ਾਸਨੀ ਕਮੇਟੀ ਦੇ ਵਿੱਚ ਵਿਚਾਰ ਚਰਚਾ ਹੋਏਗੀ ਤੇ ਸੰਭਾਵਨਾ ਇਸ ਗੱਲ ਦੀ ਹੈ ਕਿ ਕਿਸੇ ਕਿਸਮ ਦੀ ਵਾਰਨਿੰਗ ਦੇ ਕੇ ਇਸ ਮਸਲੇ ਨੂੰ ਬੰਦ ਕਰ ਦਿੱਤਾ ਜਾਏ। ਗੱਲ ਕਰੀਏ ਭਲਾਈ ਸਾਹਿਬ ਕਿ ਛੋਟੀ ਛੋਟੀ ਪਾਰਟੀਆਂ ਇਕੱਠੀਆਂ ਹੋ ਕੇ ਗੱਠਜੋੜ ਕਰ ਰਹੀਆਂ, ਜੋ ਇੰਨੇ ਸਾਲਾਂ ਤੋਂ ਪੁਰਾਣੀਆਂ ਨੈਸ਼ਨਲ ਪਾਰਟੀਆਂ ਹੈ ਉਹ ਪਬਲਿਕ ਦੇ ਦਿਲ 'ਤੇ ਰਾਜ ਨਹੀਂ ਕਰ ਸਕੀਆਂ, ਜਾਂ ਇਹ ਹੁਣ ਛੋਟੀ ਛੋਟੀ ਪਾਰਟੀਆਂ ਇਕੱਠੀਆਂ ਹੋ ਕੇ ਕਿ ਲੋਕਾਂ ਦੀ ਜੋ ਸੁਪਨੇ ਹੈ ਉਹ ਸਾਕਾਰ ਕਰਨਗੀਆਂ ਜਾਂ ਉਹਨਾਂ 'ਤੇ ਭਰੋਸਾ ਬਣਾ ਸਕਣਗੀਆਂ ਗੱਠਜੋੜ ਜਿਹੜੇ ਹੋ ਰਹੇ ਹੈਗੇ? ਦੇਖੋ, ਜੇ ਤਾਂ ਗੱਠਜੋੜ ਕਿਸੇ ਅਸੂਲ 'ਤੇ ਆਧਾਰਿਤ ਹੋਵੇ ਜੀ ਜਾਂ ਕਿਸੇ ਖਾਸ ਮੰਤਵ ਦੀ ਖਾਤਰ ਹੋਵੇ ਤਾਂ ਉਸ ਗੱਲ ਨੂੰ ਮੰਨਿਆ ਜਾ ਸਕਦਾ ਕਿ ਇਹ ਲੋਕ ਹਿੱਤਾਂ ਦੀ ਖਾਤਰ ਕੁਝ ਨਾ ਕੁਝ ਕਰਨਗੇ। ਇਸ ਵੇਲੇ ਦਾ ਜੋ ਗੱਠਜੋੜ ਸਾਡੇ ਸਾਹਮਣੇ ਆ ਰਿਹਾ ਉਹ ਹਿੰਦੁਸਤਾਨ ਦੇ ਵਿੱਚੋਂ ਲੋਕਤੰਤਰ ਦੇ ਉੱਤੇ ਜਿਹੜੀ ਸੱਟ ਪੈ ਰਹੀ ਹੈ
और जिस ढंग दे नाल एक वक्री किस्म का हिंदुत्व वाला एजेंडा लागू करने का यतन हो रहा है, उस नू रोकण की खातर इस किस्म का जिहड़ा इकट्ठ है, इस किस्म का इकट्ठ जोड़ साडे सामने देखण नू मिल रहा। तो ये इस नू इस ढंग दे नाल नहीं लेना चाहिए कि ये पार्टियां जिहड़ियां ने सिर्फ ते सिर्फ गद्दी की खातर गठजोड़ कर रही ने। ਭਲਾਈ ਜੀ, ਤੁਹਾਨੂੰ ਕੀ ਲੱਗਦਾ ਕਿ ਜਿਹੜਾ ਛੋਟੀ ਛੋਟੀ ਪਾਰਟੀਆਂ ਇਕੱਠੀਆਂ ਹੋ ਕੇ ਪਬਲਿਕ ਦਾ ਸ਼ੋਸ਼ਣ ਨਹੀਂ ਕਰ ਰਹੀਆਂ, ਇੱਕ ਦੁਕਾਨਦਾਰੀ ਬਣ ਕੇ ਨਹੀਂ ਰਹਿ ਗਈ ਇਹ ਪਾਰਟੀਆਂ ਦਾ ਗਠਜੋੜ ਹੈ, ਇਲੈਕਸ਼ਨ ਹੈ ਜਾਂ ਜੋ ਵੀ ਹੈ, ਕਿ ਆਮ ਜਨਤਾ ਦਾ ਸ਼ੋਸ਼ਣ ਨਹੀਂ ਹੋ ਰਿਹਾ? ਨਹੀਂ, ਦੇਖੋ ਇਸ ਗੱਲ ਦੇ ਵਿੱਚ ਇਸ ਵੇਲੇ ਜੋ ਹਿੰਦੁਸਤਾਨ ਦੀ ਸਥਿਤੀ ਬਣਦੀ ਜਾਂਦੀ ਆ, ਜੇਕਰ ਭਾਜਪਾ ਦੇ ਜਾਂ ਮੋਦੀ ਸ਼ਾਸਨ ਦੇ ਖਿਲਾਫ ਇਸ ਕਿਸਮ ਦੀਆਂ ਇਸ ਕਿਸਮ ਦਾ ਗਠਜੋੜ ਆਪਣੇ ਆਪ ਦੇ ਵਿੱਚ ਨਹੀਂ ਹੋਏਗਾ, ਉਸ ਹਾਲਤ ਦੇ ਵਿੱਚ ਹਿੰਦੁਸਤਾਨ ਲੋਕਤੰਤਰ ਤੋਂ ਡਿਕਟੇਟਰਸ਼ਿਪ ਵੱਲ ਤੁਰ ਜਾਏਗਾ, ਜਾਂ ਜਿਹੜਾ ਹਿੰਦੁਸਤਾਨ ਹੈ ਉਹ ਹਿੰਦੂਤਵ ਏਜੰਡੇ ਦੇ ਅੰਡਰ ਆ ਜਾਏਗਾ। ਕਿਉਂਕਿ ਲਗਾਤਾਰ ਇਸ ਗੱਲ ਦਾ ਯਤਨ ਹੋ ਰਿਹਾ ਭਾਰਤ ਭਰ ਦੇ ਵਿੱਚ ਕਿ ਕਿਵੇਂ ਮਤਲਬ ਅਸੀਂ ਇਸ ਮੁਲਕ ਦੇ ਵਿੱਚ ਇੱਕ ਫਿਰਕੇ ਦਾ ਰਾਜ ਜਿਹੜਾ ਹੈ ਉਹ ਲਿਆਉਣਾ ਹੈ। ਸੋ ਉਸ ਨੂੰ ਬਚਾਉਣ ਦੀ ਖਾਤਰ ਸਾਰੀਆਂ ਸੈਕੂਲਰ ਪਾਰਟੀਆਂ ਜਿਹੜੀਆਂ ਨੇ ਇਕੱਠੀਆਂ ਹੋ ਰਹੀਆਂ ਨੇ, ਤੇ ਇਸ ਮਾਮਲੇ ਦੇ ਉੱਤੇ ਬਿਨਾਂ ਸ਼ੱਕ ਹਿੰਦੁਸਤਾਨ ਦੇ ਵਿੱਚ ਜਿੰਨੀਆਂ ਪਾਰਟੀਆਂ ਨੇ ਉਹਨਾਂ ਵਿੱਚੋਂ ਬਹੁਤ ਘੱਟ ਇਹੋ ਜਿਹੀਆਂ ਪਾਰਟੀਆਂ ਜਿਹੜੀਆਂ ਲੋਕਾਂ ਦੇ ਮੁੱਦਿਆਂ ਨੂੰ ਸਾਹਮਣੇ ਲਿਆਉਂਦੀਆਂ ਨੇ ਔਰ ਯਤਨ ਕਰਦੀਆਂ ਨੇ ਕਿ ਲੋਕਾਂ ਦੀ ਜੋ ਗਰੀਬੀ ਦਾ ਲਗਾਤਾਰ ਸੰਕਟ ਵੱਧਦਾ ਜਾ ਰਿਹਾ, ਜੋ ਲੋਕਾਂ ਦੇ ਲਈ ਬੇਰੁਜ਼ਗਾਰੀ ਜਿਹੜੀ ਹੈ ਲਗਾਤਾਰ ਵੱਧਦੀ ਜਾ ਰਹੀ ਹੈ, ਜੋ ਅਮੀਰ ਆਦਮੀ ਜਿਹੜਾ ਹੈ ਲਗਾਤਾਰ ਅਮੀਰ ਹੋ ਰਿਹਾ ਔਰ ਗਰੀਬ ਆਦਮੀ ਗਰੀਬ ਹੋ ਰਿਹਾ। ਇੱਕ ਰਿਪੋਰਟ ਹੁਣੇ ਜਿਹੇ ਛਪੀ ਆ ਕਿ ਹਿੰਦੁਸਤਾਨ ਦੇ ਵਿੱਚ 12 ਲੋਕ ਹੋਰ ਅਰਬਪਤੀ ਹੋ ਗਏ ਨੇ ਔਰ 40% ਜਿਹੜੀ ਹਿੰਦੁਸਤਾਨ ਦੀ ਆਬਾਦੀ ਆ, 40% ਲੋਕਾਂ ਦੀ ਜਿਹੜੀ ਇਨਕਮ ਹੈ ਉਹ 1% ਲੋਕਾਂ ਦੀ ਜਿਹੜੀ ਉੱਪਰਲੇ 1% ਲੋਕ ਨੇ ਉਹਨਾਂ ਦੀ ਇਨਕਮ ਦੇ ਬਰਾਬਰ ਹੀ ਹੋ ਗਈ ਆ। ਤੋ ਇਹ ਆਪਣੇ ਆਪ ਦੇ ਵਿੱਚ ਬੜੇ ਵੱਡੇ ਸਵਾਲ ਨੇ, ਕਿਉਂਕਿ ਜਿਹੜੇ ਵੱਡੇ ਲੋਕ ਨੇ ਉਹਨਾਂ ਦੀ ਆਮਦਨ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ, 39-40% ਦਾ ਵਾਧਾ ਹੋ ਰਿਹਾ ਔਰ ਇੱਕ ਗਰੀਬ ਆਦਮੀ ਜਿਹਦੀ ਗਿਣਤੀ ਜਿਹੜੀ ਹੈ 39-40 ਕਰੋੜ ਹੈ, ਉਸ ਦੀ ਆਮਦਨ ਦੇ ਵਿੱਚ ਪਿਛਲੇ 3 ਸਾਲਾਂ ਦੇ ਵਿੱਚ ਸਿਰਫ 3% ਦਾ ਵਾਧਾ ਹੋਇਆ। ਤੋ ਮਹਿੰਗਾਈ ਕਿੰਨੀ ਵਧੀ, ਲੋਕ ਹਿੱਤ ਜਿਹੜੇ ਨੇ ਉਹ ਪਿੱਛੇ ਪੈ ਗਏ ਨੇ। ਤੁਹਾਡੀ ਗੱਲ ਬਿਲਕੁਲ ਵਾਜਬ ਹੈ ਕਹਿਣੀ ਕਿ ਸੱਚੀ ਮੁੱਚੀ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਨੇ ਸਾਡੀਆਂ ਪਾਰਟੀਆਂ, ਪਰ ਗੁੰਮਰਾਹ ਕਰਨ ਦੇ ਨਾਲ ਨਾਲ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਨ ਤੋਂ ਵੀ ਉਹ ਕੰਨੀ ਕਤਰਾਉਣ ਲੱਗ ਪਈਆਂ ਨੇ। ਪਰ ਗੱਠਜੋੜ ਜੋ ਹੈ ਉਸ ਦਾ ਇਸ ਵੇਲੇ ਹੋਣਾ ਮੈਂ ਸਮਝਦਾ ਕਿ ਸਾਰਥਕ ਗਿਣਿਆ ਜਾਣਾ ਚਾਹੀਦਾ, ਤਾਂ ਕਿ ਇੱਕ ਵੱਡੇ ਵੱਡਾ ਜੋ ਮਗਰਮੱਛ ਹੈ ਉਸ ਵੱਲੋਂ ਜਿਸ ਢੰਗ ਨਾਲ ਦੇਸ਼ ਨੂੰ ਸੰਭਾਲਣ ਦਾ ਯਤਨ ਹੋ ਰਿਹਾ, ਉਸ ਦੇ ਉੱਤੇ ਕਿਸੇ ਨਾ ਕਿਸੇ ਢੰਗ ਨਾਲ ਰੋਕ ਲਗਾਈ ਜਾ ਸਕੇ। ਬਿਲਕੁਲ। ਸੋ ਭਲਾਈ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਪ੍ਰੋਗਰਾਮ 'ਚ ਜੁੜਨ ਲਈ। ਮਿਹਰਬਾਨੀ ਜੀ। ਸੋ ਇਹ ਸੀ ਸਾਡਾ ਪੰਜਾਬ 'ਚ ਮਹਾਂਗਠਜੋੜ 'ਤੇ ਯਤਨ ਸਫਲ ਜਾਂ ਅਸਫਲ ਹੋਣ 'ਤੇ ਖਾਸ ਗੱਲਬਾਤ। ਹੁਣ ਮੈਨੂੰ ਦਿਓ ਇਜਾਜ਼ਤ। ਧੰਨਵਾਦ।